अस्सलाम वालेकुम जी। ਤੁਹਾਡੀ ਹੋਸਟ ਤੁਹਾਡੀ ਦੋਸਤ ਹੈ ਸੁਨੈਣਾ, ਤੁਹਾਡੇ ਫੇਵਰੇਟ ਪ੍ਰੋਗਰਾਮ ਸੱਤ ਰੰਗ ਦੇ ਨਾਲ ਆ ਚੁੱਕੀ ਹੈ। ਹਾਂਜੀ, ਅੱਜ ਜਿਹੜਾ ਬਹੁਤ ਦਿਨ ਹੋ ਗਏ ਅਤੇ ਟੂ ਮੱਚ ਇੰਨਾ ਜ਼ਿਆਦਾ ਲੇਟ ਹੋ ਗਏ, ਮੈਂ ਤਾਂ ਕਿਹਾ ਮੈਨੂੰ ਭੁੱਲ ਗਏ ਹੋਣੇ ਸਾਰੇ। ਖੈਰ ਭੁੱਲਣ ਮੈਂ ਦਿੰਦੀ ਨਹੀਂ, ਅਤੇ ਕੋਈ ਗੱਲ ਨਹੀਂ, ਲੇਟ ਸਵੇਰ ਹੋ ਜਾਂਦੀ ਆ। ਪਤਾ ਕੀ, ਮੈਂ ਤੁਹਾਨੂੰ ਪਹਿਲੇ ਦੱਸਿਆ ਸੀ ਵਾਪਸ ਆਉਣ ਦੇ ਟਾਈਮ ਥੋੜ੍ਹਾ ਰਹਿ ਗਿਆ, ਉੱਤੋਂ ਇੱਕ ਹੋਰ ਆਹੋ ਇੱਕ ਹੋਰ ਗੱਲ ਹੋ ਗਈ। ਉਹ ਗੱਲ ਕੀ ਹੋ ਗਈ ਉਹ ਮੈਂ ਬਾਅਦ 'ਚ ਦੱਸਾਂਗੀ, ਤੁਸੀਂ ਪਹਿਲੇ ਆ ਕੇ ਸਲਾਮ ਦੁਆ ਆਪਣੀਆਂ ਕਰ ਲਵੋ ਇਸ ਤੋਂ ਪਹਿਲਾਂ ਕਿ ਮੈਂ ਨਿਕਲਣਾ। ਲੋ ਜੀ, ਕਮਰ ਸਲਾਮ ਕਰਦੇ ਪਏ ਨੇ, ਵਾਲੀਕੁਮ ਸਲਾਮ ਜੀ। ਅਤੇ ਇਹ ਕੌਣ ਨੇ, ਗੁਰਬੀਜ ਸਿੰਘ, ਗੁਰਬੀਜ ਸਿੰਘ ਵਾਲੀਕੁਮ ਸਲਾਮ। ਅਤੇ ਰਹਿਮਾਨ ਆ ਗਏ ਨੇ, ਰਹਿਮਾਨ ਸਲਾਮ ਕਰਦੇ ਪਏ ਨੇ, ਵਾਲੀਕੁਮ ਸਲਾਮ। ਸਾਜਿਦ ਅਲੀ ਕਹਿੰਦੇ ਨੇ ਅਸਲਾਮ ਵਾਲੀਕੁਮ, ਫਰਿਆਦ ਆ ਗਏ ਨੇ। ਨਹੀਂ ਫੈਸਲ ਨੇ, ਫੈਸਲ ਅਤੇ ਇਹ ਕੌਣ ਨੇ, ਰੋਡੋ, ਪਤਾ ਨਹੀਂ ਰੋਡੋ ਇਹ ਕਿੱਦਾਂ ਦਾ ਨਾਂ ਲਿਖਿਆ। ਮੁਖਤਾਰ ਕਹਿੰਦੇ ਨੇ ਸਲਾਮ ਜੀ, ਵਾਲੀਕੁਮ ਸਲਾਮ। ਸਾਜਿਦ ਅਲੀ ਕਹਿੰਦੇ ਨੇ ਕੀ ਹਾਲ ਚਾਲ ਹੈ, ਹਾਲ ਚਾਲ ਆਹ ਦੇਖ ਲਓ ਤੁਹਾਡੇ ਸਾਹਮਣੇ ਕਿੰਨੇ ਬਿਜ਼ੀ, ਆ ਕੇ ਹੱਥ ਮੂੰਹ ਵੀ ਨਹੀਂ ਧੋਤਾ, ਉੱਦਾਂ ਹੀ ਆ ਕੇ ਬੈਠ ਗਏ, ਸਵੇਰ ਦੇ ਤਿਆਰ ਹੋ ਕੇ ਨਿਕਲੇ। ਕੁਲਦੀਪ ਕਹਿੰਦੇ ਨੇ ਜੀ ਰਾਮ ਰਾਮ। ਉਹ ਸ਼ਕੀਲ ਕਹਿੰਦੇ ਨੇ ਕੀ ਹਾਲ ਚਾਲ ਹੈ ਸ਼ਕੀਲ, ਮੈਂ ਬਿਲਕੁਲ ਵਧੀਆ। ਮੁਹੰਮਦ ਕਹਿੰਦੇ ਸਲਾਮ ਨਾਨਾ ਜੀ, ਵਾਲੀਕੁਮ ਸਲਾਮ। ਗੁਰਬੀਤ ਆ ਗਏ ਨੇ, ਕਹਿੰਦੇ ਨੇ ਤਿਆਰ ਹੁੰਦੇ ਲੇਟ ਹੋ ਗਏ, ਤਿਆਰ ਤਾਂ ਹੋਏ ਹੀ ਨਹੀਂ। ਆਹ ਦੇਖ ਲਓ ਵਾਲਾਂ ਦਾ ਹਾਲ ਚਾਲ, ਕਰ ਲਓ ਕੰਘੀ ਵੀ ਨਹੀਂ ਕੀਤੀ ਸਵੇਰ ਦੇ, ਬਸ ਇੱਦਾਂ ਹੀ ਲੱਗੇ ਫਿਰਦੇ। ਅਤੇ ਸਈਦ ਕਹਿ ਰਹੇ ਨੇ ਸਲਾਮ, ਅਤੇ ਸੁਹੇਲ ਕਹਿੰਦੇ ਨੇ ਓ ਵੈਰੀ ਨਾਈਸ ਜੀ, ਮਾਈ ਫੇਵਰੇਟ। ਅਤੇ ਅੱਛਾ ਜੀ, ਫੇਵਰੇਟ ਅਤੇ ਨਿਊ ਵਨ ਵੀਡੀਓ, ਮਾਈ ਫੇਵਰੇਟ। ਓਕੇ ਜੀ, ਥੈਂਕ ਯੂ ਵੈਰੀ ਮੱਚ। ਅਲੀ ਰਜ਼ਾ ਕਹਿੰਦੇ ਨੇ ਜੀ ਮਾਸ਼ਾਅੱਲਾ ਬਹੁਤ ਪਿਆਰੇ ਲੱਗ ਰਹੇ ਹੋ। ਅਤੇ ਇਹ ਕੌਣ ਨੇ, ਅਸਲਾਮ ਵਾਲੇਕੁਮ। ਅਮਜਦ ਕਹਿੰਦੇ ਨੇ ਅਸਲਾਮ ਵਾਲੇਕੁਮ, ਵਾਲੇਕੁਮ ਸਲਾਮ। ਅਮਜਦ ਸਾਹਿਬ ਕਿੱਦਾਂ ਹੋ ਤੁਸੀਂ, ਕੀ ਹਾਲ ਚਾਲ ਹੈ? ਮਿਰਜ਼ਾ ਕਹਿੰਦੇ ਨੇ ਕਹਾਂ ਗੁੰਮ ਹੋ, ਆਏ ਗੁੰਮ ਹੈ ਇਕੱਠੇ, ਜਦੋਂ ਸਾਰੇ ਇਕੱਠੇ ਹੋ ਜਾਓਗੇ ਤਾਂ ਫਿਰ ਦੱਸ ਦੀਆਂ ਕਿੱਥੇ ਗੁੰਮ ਆ, ਛੇਤੀ ਛੇਤੀ ਆ ਜਾਓ। ਅਤੇ ਇਹ ਕੌਣ ਨੇ, ਅਸਗਰ ਅਲੀ ਕਹਿੰਦੇ ਸਲਾਮ ਜੀ, ਵਾਲੇਕੁਮ ਸਲਾਮ। ਅਤੇ ਇਹ ਕੌਣ ਨੇ, ਫਰਿਆਦ ਅਲੀ ਕਹਿੰਦੇ ਨੇ ਨਹੀਂ ਨਹੀਂ ਜੀ, ਨਹੀਂ ਜੀ, ਕੀ ਹੈ, ਠਹਿਰ ਇੱਕ ਸੈਕਿੰਡ ਮੈਂ ਪੜ੍ਹਨਾ, ਇਹ ਫਰਿਆਦ ਫਰਿਆਦ ਹੀ ਹੈ ਹਾਂ। ਅਤੇ ਇਹ ਕੌਣ ਨੇ, ਮਿਟਨ ਮਾਰਟਨ, ਮਾਰਟਨ ਮਾਰਟਨ ਅਲਬਰਟੋ, ਮਾਰਟਨ ਅਲਬਰਟੋ ਬੜੇ ਦਿਨਾਂ ਬਾਅਦ ਆਏ ਹੋ, ਮਤਲਬ ਵੈਰੀ ਮਚ ਲੌਂਗ ਟਾਈਮ ਮਾਰਟਨ ਅਲਬਰਟੋ। ਹੈਲੋ ਕਰਦੇ ਪਏ ਨੇ, ਹੈਲੋ ਜੀ। ਅਤੇ ਅਲੀ ਹਸਨ ਕਹਿੰਦੇ ਨੇ ਵਾਲੀਕੁਮ ਸਲਾਮ, ਮੇਰਾ ਮਤਲਬ ਰੱਖਾ ਤੂੰ ਸ਼ਾਨੀ ਬੱਟ ਆ ਗਏ ਨੇ, ਮਾਸ਼ਾਅੱਲਾ ਖੁਸ਼ ਹੈ, ਖੁਸ਼ ਰੱਖੇ, ਹਾਂ ਅੱਲਾਹ ਤਾਲਾ ਖੁਸ਼ ਰੱਖੇ ਸਾਰਿਆਂ ਨੂੰ। ਮਲਕ ਕਹਿੰਦੇ ਨੇ ਜੀ ਅੱਜ ਜ਼ਬਰਦਸਤ ਸਟਾਈਲ ਆ, ਮਲਕ ਕਹਿੰਦੇ ਨੇ ਬਿਊਟੀਫੁਲ ਯਾਰ, ਥੈਂਕ ਯੂ। ਅਤੇ ਇਹ ਕੌਣ ਨੇ, ਮਾਰਟਨ ਕਹਿੰਦੇ ਨੇ ਸਲਾਮ, ਵਾਲੀਕੁਮ ਸਲਾਮ। ਅਤੇ ਚੌਧਰੀ ਕਹਿੰਦੇ ਨੇ ਗੁੱਡ ਇੰਜੋਏ। ਸ਼ਾਨੀ ਬੱਟ ਕਹਿੰਦੇ ਨੇ ਅੱਜ ਆਈਜ਼ ਤਰ੍ਹਾਂ ਵੀ ਬਹੁਤ ਕਿਊਟ ਲੱਗ ਰਹੇ ਹੋ, ਆਪ ਇਸ ਤਰ੍ਹਾਂ ਵੀ ਬਹੁਤ ਕਿਊਟ ਲੱਗ ਰਹੇ ਹੋ। ਅੱਛਾ ਅੱਛਾ, ਹਾਂ ਉਹ ਮੂੰਹ ਛੂਹ ਨਹੀਂ ਧੋਤਾ, ਨਾ ਕੰਘੀ ਸ਼ੰਘੀ ਕੀਤੀ, ਮੈਂ ਕਿਹਾ ਲੇਟ ਹੋ ਜਾਣਾ, ਪਤਾ ਕੀ ਹਾਲੇ ਮੈਂ ਖਾਣਾ ਵੀ ਬਣਾਉਣਾ, ਬੜੇ ਕੰਮ ਕਰਨੇ। ਉਹ ਦੇਖੋ ਜਿਹੜੀ ਹਾਊਸ ਵਾਈਫ ਅਤੇ ਪਲੱਸ ਵਰਕਿੰਗ ਲੇਡੀ ਹੁੰਦੀ ਆ, ਉਹਦੇ ਲਈ ਜ਼ਿੰਦਗੀ ਬਹੁਤ ਔਖੀ ਹੁੰਦੀ। ਇੰਜੋਏ ਤਾਂ ਉਹ ਕਰਦੀ ਆ, ਲੇਕਿਨ ਉਸ ਇੰਜੋਏਮੈਂਟ 'ਚ ਉਹਨੂੰ ਬਹੁਤ ਜ਼ਿਆਦਾ ਸਟਰਗਲਿੰਗ ਕਰਨੀ ਪੈਂਦੀ ਆ, ਉਸ ਸਟਰਗਲ 'ਚ ਫਿਰ ਬਾਕੀ ਲੋਕਾਂ ਨੂੰ ਸਾਥ ਦੇਣਾ ਪੈਂਦਾ, ਅਤੇ ਤੁਸੀਂ ਮੇਰੇ ਨਾਲ ਹੋ, ਇਸ ਕਰਕੇ ਕੋਈ ਗਮ ਨਹੀਂ। ਅਕੇਲੇ ਹੈ ਤੋ ਕਿਆ ਗਮ ਹੈ, ਚਾਹੇ ਤੋ ਹਮਾਰੇ ਬਸ ਮੇਂ ਕਿਆ ਨਹੀਂ, ਬਸ ਇੱਕ ਜ਼ਰਾ ਸਾਥ ਹੋ ਤੇਰਾ, ਤੇਰੇ ਤੋ ਹੈ ਹਮ ਕਬ ਸੇ ਸਨਮ। ਇਹ ਤੁਹਾਡੇ ਵੱਲੋਂ ਅੱਛਾ ਜਰਾ। ਅਤੇ ਇਹ ਕੌਣ ਨੇ, ਜਾਜ ਆ ਗਏ ਨੇ, ਹੈਲੋ ਕਰਦੇ ਨੇ। ਮੌਸਮ ਕਹਿੰਦੇ ਨੇ ਹੈਲੋ ਜੀ। ਅਤੇ ਮੁਹੰਮਦ ਕਹਿੰਦੇ ਨੇ ਕਿਊਟ ਹੋ, ਮੁਹੰਮਦ ਸ਼ਬੀਰ ਕਹਿੰਦੇ ਨੇ ਲਾਜਵਾਬ, ਸਜਾਦ ਮਹਿਰ ਕਹਿੰਦੇ ਨੇ ਸਲਾਮ ਆਂਟੀ, ਆਂਟੀ ਦੇ ਕੁਝ ਲੱਗਦੇ ਆ, ਇਹ ਪੈਣੀ ਇੱਕ। ਅਤੇ ਹਾਜੀ ਸ਼ਹਜ਼ਾਦ ਕਹਿੰਦੇ ਨੇ ਹੈਲੋ, ਅਤੇ ਲਾਡਲਾ ਆ ਗਏ ਨੇ, ਲਾਡਲਾ ਕਹਿੰਦੇ ਨੇ ਲਵ ਯੂ। ਸਗੀਰ ਕਹਿੰਦੇ ਨੇ ਹੈਲੋ, ਅਤੇ ਅਲੀ ਹਸਨ ਕਹਿੰਦੇ ਨੇ ਆਪਣੇ ਹਸਬੈਂਡ ਕੋ ਵੀ ਟਾਈਮ ਦਿਆ ਕਰੋ। ਸਵੇਰ ਦੀ ਮੈਂ ਹਸਬੈਂਡ ਨਾਲ ਹੀ ਹੁੰਦੀ ਹਾਂ, ਤੁਹਾਨੂੰ ਪਤਾ। ਸ਼ਾਨੀ ਬੱਟ ਕਹਿੰਦੇ ਨੇ ਅੱਜ ਮੈਂ ਬਣਾ ਦਿੱਤਾ ਹੂੰ ਆਪਣੇ ਹੱਥੋਂ ਸੇ, ਆਜ ਮੈਂ ਬਣਾ ਦਿੱਤਾ, ਆ ਜਾਓ ਮੈਂ ਬਣਾ ਦਿੱਤਾ। ਓਏ ਓਏ ਓਏ, ਤੁਹਾਡਾ ਮੈਸੇਜ ਹੌਲੀ ਹੌਲੀ ਪੜ੍ਹ ਕੇ ਫਿਰ ਸਮਝ ਆਉਂਦੀ, ਉਹ ਆ ਕੀ ਲਿਖਿਆ ਸੀ। ਅੱਛਾ, ਫਰਮਾਨ ਕਹਿੰਦੇ ਨੇ ਹਾਏ, ਨਾਮ ਬਤਾਓ, ਮੇਰਾ ਨਾਮ ਨੈਨਾ ਸੁਨੈਨਾ ਚੌਧਰੀ। ਉਸਮਾਨ ਕਹਿੰਦੇ ਨੇ ਲੁਕਿੰਗ ਕੂਲ। ਅੱਛਾ, ਜਿਹੜੇ ਸਾਰੇ ਮੇਰੇ ਨਾਲ ਔਨਲਾਈਨ ਹੋ, ਇੱਕ ਵਾਰੀ ਸ਼ੇਅਰ ਦਾ ਬਟਨ ਨੱਪੋ, ਸ਼ੇਅਰ ਦਾ ਬਟਨ ਨੱਪੋ। ਅਤੇ ਇਹ ਕਿੰਨੇ ਕਿੰਨੇ ਖਾਣਾ ਛੇਤੀ ਦੱਸੋ, ਬਹੁਤ ਪਿਆਸ ਲੱਗੀ ਹੋਈ ਹੈ ਮੈਨੂੰ। ਆਈ ਐਮ ਇਨ ਦੁਬਈ ਬਟ ਨਾਈਸ ਯੂ, ਥੈਂਕ ਯੂ ਵੈਰੀ ਮੱਚ ਫਰਮਾਨ। ਅਤੇ ਮੈਂ ਵੀ ਦੁਬਈ 'ਚ ਹਾਂ ਹੁਣੀ, ਜੇ ਮੈਂ ਦੱਸਿਆ ਮੈਂ ਦੁਬਈ 'ਚ, ਇਹਨੇ ਕਹਿਣਾ ਦੁਬਈ ਕਹਾਂ ਸੇ। ਆਹੋ ਰੋਜ਼ ਦੀ ਰੂਟੀਨ, ਆ ਕਿੱਥੇ ਗਏ ਮੇਰੇ ਰੈਗੂਲਰ ਵਿਊਅਰ ਸ਼ਾਨੀ ਬੱਟ ਆ ਗਏ ਨੇ, ਕਹਿੰਦੇ ਨੇ ਓਹੋ ਸੱਚੀ, ਥੈਂਕ ਯੂ। ਅੱਛਾ, ਬਹੁਤ ਖੁਸ਼ ਆਰਾਮ। ਮਲਕ ਮਕਸੂਦ ਕਹਿੰਦੇ ਨੇ, ਸਗੀਰ ਕਹਿੰਦੇ ਨੇ ਸਵੀਟ, ਥੈਂਕ ਯੂ ਸਗੀਰ। ਉਸਮਾਨ ਕਹਿੰਦੇ ਨੇ ਹੈਲੋ, ਅਸਦ ਚੌਧਰੀ ਕਹਿੰਦੇ ਨੇ ਅੱਜ ਤੋਂ ਬੜੀ ਖੂਬਸੂਰਤ ਲੱਗ ਰਹੀ ਹੋ, ਅਤੇ ਪਹਿਲੇ ਤਾਂ ਮੈਂ ਬਦਸੂਰਤ ਲੱਗਦੀ ਹੁੰਦੀ। ਸਮਰ ਕਹਿੰਦੇ ਨੇ ਓ ਹੋ ਹੋ ਸਵੀਟ ਲਾਜਵਾਬ, ਅਤੇ ਪਤਾ ਨਹੀਂ ਕੀ ਇਹ ਕੌਣ ਨੇ, ਅੱਲਾ ਬੁਖਾ ਅੱਲਾ ਬਖਸ਼,
अल्लाह बख्श होएगा, हाँ अल्लाह बख्श गुड कहते हैं। चौधरी कहते ने बहुत आला शो, थैंक यू। उस्मान कहते हैं हेलो, तो शोएब कहते हैं वेरी ब्यूटीफुल। सजाद कहते ने आप मेरी आंटी ही हो। साजिद हूँ मैंने नहीं पता भी तेरी उम्र कितनी है। ये तू क्या कि मेरी उम्र हैगी 20 साल या मेरी उम्र हैगी 18 साल। देखना तू 18 का होवे, मैं 25 दी होवां, आंटी तो नहीं ना बनता। हाँ जे तू होएगा 11 साल का फिर ठीक है। हाँ 10 साल का गैप नहीं, 10 साल का गैप भी थोड़ा है। किन्ने साल का गैप होवे ते आंटी कहना चाहिए, आ गल दसो छेती दसो छेती, मैं मुसम्मी छेल लैंदो नहीं देर। किन्ने साल का गैप होवे ते मतलब मुंडे जेड़े आ ओ कुड़ी नू आंटी कह सकदे, आ दसो। ते किन्ने साल का गैप होवे ते कुड़ियां भाई नू अंकल कह सकदियां, ऐ दसो। दोनों स्टेटमेंट की फुल इजाजत है, हाँ फुल इजाजत है, छेती ना दसो। मोहम्मद कहते ने हाथ मूंह धोया नहीं ते मेकअप मेकअप सुबह का किया, हाँ सुबह का कैम है मेकअप। लिपस्टिक सिर्फ दोबारा थोड़ी जी लाई है, लिपस्टिक थोड़ी जी लाई है। मुझे जूस पीना है, तेरी उम्र कितनी है, ए तेरी की होंदा है, तमीज नहीं है तानू गल करन दी। हाँ ते माशाल्लाह कहंदे ने मोहम्मद शबीर थैंक यू। ते है कौन नवा आया होना कोई, हाय मैम बड़ी सोने लगते हो, थैंक यू। चौधरी वसीम कहंदे ने आई एम फ्रॉम सऊदी अरेबिया, हेलो सऊदी अरेबिया वालों। विक्रम कहंदे ने 15 साल, हाँ विक्रम चल फिर ठीक है, फिर तेनू माफ आ। लेकिन आ दसो 9 साल, अच्छा मौजम वराइश कहंदे ने 9 साल का फर्क होना चाहिए। अच्छा सुरखी तेरे बुलां दी ऐसी तैसी फुलां दी ऐसे, अच्छा तेरे बुला ए ना साबर अली साबर का शेर है, सुरखी तेरे बुलां दी ऐसी तैसी कर देंदी है फुलां दी, ऐदा करके साबर अली साबर का शेर है, मेरा गुरु है, गुरु है। इको ही गुरु बनाया मैं ते ओ है साबर अली साबर, लेकिन ओ भी अद्धा ही गुरु है, पूरी गल नहीं दसदा मैनू। गुरु जेड़ा होंदा ना ओ कहंदे ने परत दा तुप्पा, ओ की होंदा ए परत दा पता नहीं, ऐदा करके कुछ कहंदे यार, तुरप दा पत्ता जेड़ा ओ गुरु हमेशा अपने हाथ च रखदा। हाँ एलो फड़ो, बिस्मिल्ला करो, बिस्मिल्ला करो, मसमिया खाओ खाओ खाओ। टिशू फड़ना, होल टिशू फड़ना, ओका आ गए जी, हूं दसो की हो रहा। अच्छा जी इशफाक कहंदे ने सोंग सुना दो जी पंजाबी विच, केड़ा सॉन्ग सुनावा। अली हसन कहते ने ग्रेट इनफॉरमेशन, उस्मान कहते ने टेल मी, ते इशफाक कहते ने सॉन्ग सुनाओ की टेल मी, ते उस्मान अपना नंबर भेज रहे, उस्मान नंबर क्यों भेजा। शानी भट्ट कहते ने जी बिस्मिल्ला बिस्मिल्ला करो जनाब। पता की है लिखे तुम क्या खाओगी अगर हमने खा लिया तो, गल ऐ हुंदी है दिल वड्डा होना चाहिए। पता की है दिल वड्डा करो अल्लाह ताला तुहानू बहुत नवाजदा। हुण मतलब मैं दिल वड्डा करके मैनूं पता इन्ने सारे हैगे हो ते सारिआं नूं इक मौसमी नाल की बनना, तुहाडा गुजारा नहीं होना, मैं भी भुखिया रह जाणा तुसीं भी, लेकिन दिल होना चाहिए ना। हाँ मैं पुछ लिया मैनूं पता सी तुसीं खा ते सकदे नहीं, ऐदां दी गल नहीं, ऑफर करा देनी चाहिए है, अल्लाह ताला वंड के खाओ ते बहुत ज्यादा देंदा है, ए गल लिखी पड़ी गल है। यार वाल बड़े खराब मैनू बहुत बुरे लगते पे। विक्रम कहंदे ने जी स्वाद वे मौसमी बहुत वधिया। मोहम्मद कहंदे ने हाय बहुत मीठा। तारिक कहंदे ने मैडम जी आप हमेशा मुस्कुराती रहती, हाँ जी बिल्कुल अज ड्रेसिंग बहुत वधिया। अच्छा मोहम्मद कहंदे ने दे कौन सी डेरा कौन सी बिल्डिंग वेरी ब्यूटीफुल। अच्छा तारिक कहंदे ने मैडम जी मुस्कुराती बहुत जबरदस्त, थैंक यू वेरी मच। अमीर साहब अस्सलाम वालेकुम, किदा सऊदी अरब वालो। तारिक जैद कहंदे ने अच्छा जी थैंक यू वेरी मच तारिक जैद। जमान कहंदे ने जेती दिल, उमर कहंदे ने खैर मेल दी। ते हेलो ते ठीक हो गया। दीप ज्योत आ गए ने कहंदे ने जी पाकिस्तान वापस आन दी तैयारी फिर। हां लो जी एक मैं तुहानू वधिया गल दसनी सी, मुबारक वाली गल भी है लेकिन वो पता की कन्फर्मेशन नहीं होन दी,
ਕੱਲ ਪਰਸੋਂ ਮੈਂ ਪੁੱਛਾਂਗੀ। ਮੈਂ ਆਪਣੇ ਹਸਬੈਂਡ ਦੇ ਆਫਿਸ ਦੇ ਵਿੱਚ ਅਕਾਊਂਟੈਂਟ ਲੱਗ ਗਈ। ਹਾਂ, ਮੇਰੇ ਲਈ ਬੜੀ ਖੁਸ਼ੀ ਦੀ ਗੱਲ ਆ। ਹਰ ਵੇਲੇ ਉਹ ਏਦਾਂ ਲੱਗਦਾ ਮਤਲਬ ਮੈਂ ਉੱਥੇ ਹੁੰਦੀ ਤੇ ਉਹ ਸਾਰੇ ਕਹਿੰਦੇ ਤੇ ਮੇਰਾ ਬੰਦਾ ਵੀ ਕਹਿੰਦਾ, ਉਹ ਕਹਿੰਦਾ ਏਦਾਂ ਲੱਗਦਾ ਮੇਰੇ ਤੇ ਮੈਨੇਜਰ ਲੱਗ ਗਈ। ਤੇ ਮੈਂ ਜੀ ਆਪਣੇ ਹਸਬੈਂਡ ਦੇ ਆਫਿਸ ਚ ਐਜ਼ ਅ ਮੈਨੇਜਰ ਅਪੁਆਇੰਟ ਹੋ ਗਈ ਹਾਂ। ਤੇ ਦੁਆ ਕਰਨਾ ਕਿ ਇਹ ਜਿਹੜੀ ਅਪੁਆਇੰਟਮੈਂਟ ਆ ਮੇਰੀ ਇਹ ਚੱਲਦੀ ਰਹੇ। ਇਹ ਸਾਰੇ ਮੇਰੇ ਵਾਸਤੇ ਦੁਆ ਕਰ ਦਿਓ ਕਿ ਉਹ ਲੋਕ ਮੈਨੂੰ ਵੀਜ਼ਾ ਵਗੈਰਾ ਭੇਜ ਦੇਣ। ਮੇ ਬੀ ਉਹ ਵਿਜ਼ਿਟ ਵੀਜ਼ਾ ਤੇ ਬੁਲਾਉਣ, ਲੇਕਿਨ ਆਹ ਜ਼ਿਆਦਾ ਕਿ ਉਹ ਮੈਨੂੰ ਪਰਮਾਨੈਂਟ ਵੀਜ਼ਾ ਭੇਜ ਦੇਣ, ਉਹ ਜਿਹੜਾ ਸਾਲ ਦੋ ਸਾਲ ਦਾ ਹੁੰਦਾ, ਤੇ ਤਾਂ ਕਿ ਮੈਂ ਮਤਲਬ ਜੋ ਸੋਚਿਆ ਉਹਦੇ ਮੁਤਾਬਕ ਜ਼ਿੰਦਗੀ ਚੱਲਦੀ ਰਹੇ। ਤੇ ਅੱਲਾਹ ਤਾਲਾ ਵੀ ਜੇ ਉਹੀ ਸੋਚਿਆ ਜੋ ਅਸੀਂ ਚਾਹੁੰਦੇ। ਖੈਰ ਮੈਂ ਇਹ ਤਾਂ ਨਹੀਂ ਸੋਚਿਆ ਸੀ ਕਿ ਮੈਂ ਆਫਿਸ 'ਚ ਲੱਗ ਜਾਂਗੀ, ਇਹ ਮੈਂ ਨਹੀਂ ਸੋਚਿਆ ਸੀ। ਲੇਕਿਨ ਉਹਦੇ ਬੋਸ ਅਤੇ ਮੈਡਮ ਨੇ ਉਹਨੂੰ ਔਫਰ ਕਰਾਈ ਅਤੇ ਮੈਂ ਉੱਥੇ ਅਪੁਆਇੰਟ ਹੋ ਗਈ ਹਾਂ। ਅਤੇ ਇਸ ਕਰਕੇ ਤੁਸੀਂ ਸਾਰੇ ਦੁਆ ਕਰਨਾ ਕਿ ਜੇ ਇਸੇ 'ਚ ਹੀ ਬਿਹਤਰੀ ਹੈ ਅਤੇ ਅੱਲਾਹ ਤਾਲਾ ਮੈਨੂੰ ਇੱਥੇ ਹੀ ਵਧੀਆ ਤਰ੍ਹਾਂ ਸੈੱਟ ਕਰ ਦੇਵੇ। ਜ਼ਮਾਨ ਬਸਾਬ ਕਹਿੰਦੇ ਨੇ ਜੀ, ਮੈਂ ਆਸਟ੍ਰੇਲੀਆ ਕੇ ਸ਼ਹਿਰ ਸਿਡਨੀ ਸੇ ਹੂੰ, 7 ਸਾਲ ਸੇ ਪਹਿਲੀ ਵਾਰ ਪੰਜਾਬੀ ਲੜਕੀ ਸੇ ਬਾਤ ਸੁਣੀ। ਹਾਏ 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 ਹਾਏ, ਪੰਜਾਬੀ ਕੁੜੀਆਂ ਕਿਉਂ ਨਹੀਂ ਬੋਲਦੀਆਂ? ਵਾਕਈ ਹੈਰਤ ਦੀ ਗੱਲ ਆ, ਖਰੇ ਕਿਉਂ ਨਹੀਂ ਬੋਲਦੀਆਂ? ਹਾਂ, ਦੀਪਜੋਤ ਕਹਿੰਦੇ ਨੇ ਚਲੋ ਜੀ ਸ਼ੁਕਰ ਅੱਲਾ ਦਾ। ਹਾਂ ਜੀ, ਸ਼ੁਕਰ ਅੱਲਾ ਦਾ। ਮੁਹੰਮਦ ਕਹਿੰਦੇ ਨੇ ਤੁਸੀਂ ਗ੍ਰੇਟ ਹੋ। ਅਦਨਾਨ ਕਹਿੰਦੇ ਨੇ ਸਲਾਮ, ਵਾਲੀਕੁਮ ਸਲਾਮ। ਸੇਠ ਜ਼ਾਇਦ ਕਹਿੰਦੇ ਨੇ ਇਨਸ਼ਾਅੱਲਾ, ਥੈਂਕ ਯੂ। ਅਲੀ ਸਾਹਿਬ ਕਹਿੰਦੇ, ਅਲੀ ਅਕਬਰ ਕਹਿੰਦੇ ਨੇ ਸਲਾਮ, ਵਾਲੀਕੁਮ ਸਲਾਮ। ਅਸਦ ਕਹਿੰਦੇ ਨੇ ਤੇਰਾ ਹਸਬੈਂਡ ਕੀ ਕਰਦਾ? ਉਹ ਅਕਾਊਂਟੈਂਟ ਟੂਰਿਜ਼ਮ ਕੰਪਨੀ ਚ ਤੇ ਆਈ ਟੀ ਚ ਹੈਗਾ ਤੇ ਆਈ ਟੀ ਤੇ ਅਕਾਊਂਟ ਸੰਭਾਲਦਾ। ਸੇਠ ਕਹਿੰਦੇ ਨੇ ਗੋਡ ਬਲੈਸ ਯੂ। ਰਾਣਾ ਕਹਿੰਦੇ ਨੇ ਨੈਨਾ ਜੀ ਸਾਡਾ ਵੀ ਮੈਸੇਜ ਪੜ ਲਓ। ਤੇ ਰਾਇਆ ਕਹਿੰਦੇ ਨੇ ਵਾਹ ਜੀ ਵਾਹ। ਅਮੀਰ ਕਹਿੰਦੇ ਨੇ ਵੈਰੀ ਨਾਈਸ। ਤੇ ਐ ਕੌਣ ਨੇ, ਪਰਬਲ ਹਾਚਰੇ ਕਹਿੰਦੇ ਨੇ ਹਾਏ ਫਰੈਂਡ ਐ ਡੈਸ਼ਿੰਗ ਬਿਊਟੀਫੁਲ, ਥੈਂਕ ਯੂ। ਸ਼ੈਬ ਕਹਿੰਦੇ ਨੇ ਹਾਏ ਹਾਏ ਹਾਏ। ਨਵੀਦ ਕਹਿੰਦੇ ਨੇ ਰਾਏ ਜਨਾਬ। ਖੁਰਮ ਕਹਿੰਦੇ ਨੇ ਆਪ ਤੁਰਕੀ ਹੋ, ਤੁਰਕੀ ਆਓ, ਤੁਰਕੀ ਕੀ ਕਰਨਾ ਸ਼ਾਨੀ ਭੱਟ ਕਹਿੰਦੇ ਨੇ ਅੱਲਾ ਆਪਕੋ ਕਾਮਯਾਬ ਕਰੇ, ਥੈਂਕ ਯੂ ਵੈਰੀ ਮਚ ਸ਼ਾਨੀ। ਤੇ ਅਬਦੁਲ ਮਜੀਦ ਕਹਿੰਦੇ ਨੇ ਸਲਾਮ ਅਲੈਕੁਮ, ਵਾਲੀਕੁਮ ਸਲਾਮ। ਨਵੀਦ ਕਹਿੰਦੇ ਨੇ ਮਾਸ਼ਾ ਅੱਲਾ। ਤੇ ਸਾਜਿਦ ਮਹਿਰ ਕਹਿੰਦੇ ਨੇ, ਅੱਛਾ ਜੀ ਦੁਆ ਅਭੀ ਕਰਨੀ ਹੈ ਜਾਂ ਬਾਅਦ ਮੇ? ਹੁਣੀ ਕਰੋ ਹੁਣੀ। ਸ਼ੁਏਬ ਕਹਿੰਦੇ ਨੇ ਪਹਿਚਾਣਾ ਸ਼ੁਏਬ ਅਸਗਰ। ਹਾਂ, ਸ਼ੁਏਬ ਅਸਗਰ ਪਹਿਚਾਣ ਲਿਆ, ਦੇਰ ਬਾਅਦ ਆਇਓ। ਰਸ਼ੀਦ ਕਹਿੰਦੇ ਨੇ ਅਸਲਾਮ ਰਹਤਾ ਅਹਬਕਾ ਮਨ ਅਲਮੁਰਕਾ 29, ਠੀਕ ਹੈ। ਤੇ ਬੁੰਦੂ ਕਹਿੰਦੇ ਨੇ ਅੱਲਾ ਕਾ ਅੱਲਾ ਪਾਕ ਚੰਗੀਆਂ ਕਰੇਗਾ, ਥੈਂਕ ਯੂ ਵੈਰੀ ਮਚ। ਇਨਸ਼ਾਅੱਲਾ ਜੀ ਅੱਲਾ ਚੰਗੀਆਂ ਕਰੇਗਾ। ਖੁਸ਼ਹਾਲ ਕਹਿੰਦੇ ਨੇ ਮਾਸ਼ਾਅੱਲਾ ਜੀ ਵੈਲਕਮ। ਤੇ ਅਮੀਰ ਕਹਿੰਦੇ ਨੇ ਵੈਰੀ ਨਾਈਸ। ਤੇ ਐ ਕੌਣ ਨੇ, ਰਾਏ ਮੁਹੰਮਦ। ਸ਼ਾਹਿਦ ਕਹਿੰਦੇ ਨੇ ਗੁਡ ਜੀ ਗੁਡ। ਮਨਜ਼ੂਰ ਕਹਿੰਦੇ ਨੇ ਫਰੈਂਡ ਹਾਰ ਯੂ, ਵਧੀਆ। ਅਯਾਸ ਕਹਿੰਦੇ ਨੇ ਮੇਰੇ ਲਈ ਵੀਜ਼ਾ ਭੇਜੋ। ਹਾਂ, ਭੇਜਦੀ, ਮੈਨੂੰ ਮਿਲ ਜੇ, ਮੈਨੂੰ ਬੰਦੇ ਚਾਹੀਦੇ ਆ ਕੰਪਨੀ ਵਾਸਤੇ। ਪਤਾ ਕੀ ਆ, ਟੂਰਿਜ਼ਮ ਕੰਪਨੀਆਂ, ਟੂਰਿਜ਼ਮ ਵਾਸਤੇ ਸਾਨੂੰ ਸੇਲਸ ਵਾਸਤੇ ਬੰਦੇ ਚਾਹੀਦੇ ਆ, ਓਪਰੇਸ਼ਨ ਵਾਸਤੇ ਬੰਦੇ ਚਾਹੀਦੇ ਆ। ਹਾਂ, ਟੂਰਿਜ਼ਮ ਕੰਪਨੀ 'ਚ ਜਿਹੜਾ ਬੰਦਾ ਕੰਮ ਕਰਦਾ, ਪਤਾ ਪਾਕਿਸਤਾਨ 'ਚ ਸਾਡੇ ਇੰਨੀ ਇਸ ਇੰਡਸਟਰੀ ਦਾ ਟ੍ਰੈਂਡ ਕੋਈ ਨਹੀਂ ਆ, ਪਤਾ ਹੀ ਨਹੀਂ ਆ। ਇੱਥੇ ਤਾਂ ਹਰ ਵੇਲੇ ਬਸ ਟੂਰਿਜ਼ਮ ਹੀ ਆ, ਟੂਰਿਜ਼ਮ ਟੂਰਿਜ਼ਮ ਕੱਢ ਦਿਓ, ਦੁਬਈ ਫਾਰਗ ਆ। ਹਾਂ, ਟੂਰਿਜ਼ਮ ਨਾਲ ਹੀ ਸਾਰਾ ਦੁਬਈ ਚੱਲਦਾ ਪਿਆ, ਇਸ ਕਰਕੇ ਇੱਥੇ ਬਹੁਤ ਜ਼ਿਆਦਾ ਡਿਮਾਂਡ ਆ। ਸਾਡੇ ਉੱਥੇ ਤਾਂ ਪਤਾ ਹੀ ਨਹੀਂ ਟੂਰਿਜ਼ਮ ਕੀ ਚੀਜ਼ ਆ, ਬਸ ਏਅਰ ਟਿਕਟਿੰਗ ਦਾ ਪਤਾ ਜੀ, ਏਅਰ ਟਿਕਟਿੰਗ ਕਰਾ ਲਓ। ਤੇ ਟੂਰਿਜ਼ਮ ਤਾਂ ਕਿਸੇ ਨੂੰ ਆਈਡੀਆ ਹੀ ਨਹੀਂ ਆ, ਕੋਈ ਗਾਣਾ ਸੁਣਾ ਦਿਓ। ਤੇ ਮੁਹੰਮਦ ਕਹਿੰਦੇ, ਜਿਹਨੂੰ ਜਿਹਨੂੰ ਮਤਲਬ ਟੂਰਿਜ਼ਮ ਦੀ ਰਿਕੁਆਇਰਮੈਂਟ ਹੋਏ ਮੈਨੂੰ ਇਨਬੋਕਸ ਕਰ ਦੇ। ਹਾਂ, ਤੇ ਕਿਉਂਕਿ ਸਾਨੂੰ ਤਾਂ ਬੰਦੇ ਚਾਹੀਦੇ ਆਪਣੀ ਕੰਪਨੀ ਵਾਸਤੇ, ਸੇਲਸ ਵਾਸਤੇ ਚਾਹੀਦੇ ਆ, ਤੇ ਉਹਦੇ ਵਾਸਤੇ ਮਾਰਕੀਟਿੰਗ, ਮਾਰਕੀਟਿੰਗ ਬਿਲਕੁਲ। ਹਾਂ, ਤੇ ਬੈਠ ਕੇ ਉਹ ਜਿਹੜੇ ਸੇਲਸ ਦੇ ਬੰਦੇ ਆ ਉੱਥੇ ਕੰਮ ਕਰਦੇ, ਤੇ ਸਾਰਾ ਸਿਸਟਮ ਆਨਲਾਈਨ ਯੇ ਵੋ ਸਾਰਾ ਕੁਛ ਇੱਥੇ ਬੈਠ ਕੇ ਹੁੰਦਾ। ਦੂਸਰੇ ਮੁਲਕਾਂ 'ਚ ਲੋਕ ਆਉਂਦੇ, ਬੜਾ ਕੁਛ ਜਿਹੜੇ ਸੇਲਸ ਦੇ ਬੰਦੇ ਆ ਟੂਰਿਜ਼ਮ ਨੂੰ ਜੁਆਇਨ ਕਰਦੇ, ਉਹਨਾਂ ਨੂੰ ਪਤਾ ਜਿਹੜੇ ਉਹਨੂੰ ਨੌਲੇਜ ਰੱਖਦੇ। ਖੈਰ ਜਨਾਬ, ਮੈਂ ਤੇ ਅਕਾਊਂਟ, ਮੈਂ ਤੇ ਉੱਥੇ ਮੈਨੇਜਰ ਲੱਗ ਗਈ, ਸਕੂਨ ਆ ਗਿਆ ਜ਼ਿੰਦਗੀ 'ਚ। ਯੇ ਪੀਛੇ ਦੀਵਾਰ ਪਰ ਕਿਆ ਲਗਾ ਹੈ, ਇਹ ਪਤਾ ਕੀ ਹੈ, ਇਹ ਕੁੰਡੀਆਂ ਲੱਗੀਆਂ ਹੋਈਆਂ। ਹਾਂ, ਅਸੀਂ ਕੋਈ ਚੀਜ਼ ਟੰਗਣੀ ਹੁੰਦੀ ਆ ਨਾ, ਤੇ ਫਿਰ ਉੱਠਣਾ ਨਹੀਂ ਪੈਂਦਾ, ਇੱਥੇ ਲੰਮੇ ਪੈ ਗਿਆ। ਤੇ ਇੱਕ ਦਿਨ ਮੈਂ ਆਈ ਸੀ ਨਾ ਧੋ ਕੇ, ਤੇ ਮੈਂ ਕਿਹਾ ਹੁਣ ਮੈਂ ਕੀ ਕਰਾਂ, ਤੇ ਸਰਦੀ ਬਹੁਤ ਲੱਗਦੀ ਪਈ ਸੀ, ਮੈਂ ਉਹ ਕੁੰਡੀ ਇੱਥੇ ਸਰਾਣੇ ਪਈ ਸੀ, ਮੈਂ ਫੜ ਕੇ ਇੱਥੇ ਲਾਈ, ਇੱਥੇ ਟਾਂਗ ਦਿੱਤਾ। ਮਤਲਬ ਉਹ ਸੁਸਤੀ ਦੀ, ਲੇਜ਼ੀਨੈਸ ਦੀ ਇੰਤਹਾ ਹੈਗੀ ਆ। ਤੇ ਖੈਰ ਜਨਾਬ, ਹੋ ਜਾਂਦਾ ਕਦੀ ਕਦੀ। ਅਬਾਸ ਕਹਿੰਦੇ ਨੇ ਬਿਊਟੀਫੁਲ, ਸ਼ਹਿਜ਼ਾਦ ਕਹਿੰਦੇ ਨੇ ਸਵੇਰੇ ਪਤਾ ਕੀ ਕਿੱਡਾ ਟਫ ਸਕੈਜੂਅਲ ਆ ਮੇਰਾ, ਸਵੇਰੇ ਉੱਠ ਕੇ ਮੈਂ ਨਾਸ਼ਤਾ ਬਣਾਉਂਦੀ ਹਾਂ, ਠੀਕ ਹੈ ਜੀ, ਨਾਸ਼ਤਾ ਬਣਾ ਕੇ ਆਪਣੇ ਦਿਓਰ ਨੂੰ ਦਿੰਦੀ ਹਾਂ, ਉਹਦੇ ਫਿਰ ਲੰਚ ਦਾ ਬੰਦੋਬਸਤ ਕਰਨੀ ਆ, ਜਿਹੜਾ ਉਹਨੇ ਟਿਫਨ ਨਾਲ ਲੈ ਕੇ ਜਾਣਾ ਹੁੰਦਾ, ਫਿਰ ਮੈਂ ਆਪਣੇ ਵਾਸਤੇ ਨਾਸ਼ਤਾ ਬਣਾਉਂਦੀ ਹਾਂ, ਆਪਣੇ ਬੰਦੇ ਵਾਸਤੇ ਬਣਾਉਂਦੀ ਹਾਂ, ਲੰਚ ਬਣਾਉਂਦੀ ਹਾਂ, ਫਿਰ ਮੈਂ ਨਹਾਉਣ ਧੋਣ ਵਾਸਤੇ ਜਾਂਦੀ, ਨਹਾ ਕੇ ਮੈਂ ਆ ਕੇ ਤਿਆਰ ਹੁੰਦੀ ਹਾਂ, ਆਪਣੇ ਬੰਦੇ ਨੂੰ ਉਠਾਉਂਦੀ ਹਾਂ ਕਿ ਤੂੰ ਉੱਠ ਜਾ, ਤੂੰ ਵੀ ਨਾਲ ਨਹਾ ਧੋ ਲੈ, ਫਿਰ ਉਹ ਉੱਠਦਾ, ਮੈਂ ਤਿਆਰ ਹੋਣੇ, ਅਸੀਂ ਫਿਰ ਕੰਮ 'ਤੇ ਚਲੇ ਜਾਂਦੇ। ਫਿਰ ਰਾਤ ਨੂੰ ਆ ਕੇ ਵਾਪਸ ਫਿਰ ਹਾਂਡੀ ਰੋਟੀ ਆ ਕੇ। ਇਸ ਕਰਕੇ ਤੁਸੀਂ 2 ਦਿਨ ਦੇ ਮਿਸ ਹੋਣ ਰਹੇ ਸੋ, ਵਰਨਾ
ਤੁਹਾਨੂੰ ਪਤਾ ਮੈਂ ਤੇ ਮਿਸ ਕਰਦੀ ਨਹੀਂ, ਤੁਹਾਡੇ ਬਗੈਰ ਤੇ ਮੇਰਾ ਦਿਲ ਹੀ ਨਹੀਂ ਲੱਗਦਾ, ਬਿਲਕੁਲ ਉੱਕਾ ਹੀ ਨਹੀਂ ਲੱਗਦਾ। ਤੇ ਇਹ ਕੌਣ ਹੈ ਜੀ? ਬਲਜੀਤ ਗਿੱਲ ਆ ਗਏ ਨੇ, ਕਹਿੰਦੇ ਜੀ ਮੈਨੂੰ ਲੱਗਾ ਇਹ ਕੰਧਾਂ ਤੇ ਲਿਪਸਟਿਕ ਦੇ ਮਾਰਕ ਹੈ। ਨਹੀਂ ਲਿਪਸਟਿਕ ਦੇ ਨਹੀਂ ਹੈ। ਤੇ ਇਹ ਕੌਣ ਹੈ? ਆਮਿਰ ਕਹਿੰਦੇ ਨੇ ਹੈਲੋ ਨਾਨਾ, ਹੈਲੋ ਜੀ ਆਮਿਰ ਕਿੱਦਾਂ? ਅਵੈਸ ਕਹਿੰਦੇ ਨੇ ਮੁਹੰਮਦ ਕੀ ਕਹਿੰਦੇ ਪੂਰਾ ਕਮੈਂਟ ਪੜਿਆ ਕਰੋ ਮੁਹੰਮਦ ਅਵੈਸ। ਤੇ ਇਹ ਕੌਣ? ਬੁੰਦੂ ਭਾਈ ਮਲਿਕ ਕਹਿੰਦੇ ਨੇ ਜੀ ਰਿੰਗ ਤੋਂ ਦਿਖਾ ਦਿਓ, ਕਿਹੜੀ ਵਾਲੀ? ਆਹ ਵਾਲੀ, ਇਹ ਹਕੀਕ ਆ, ਇਹ ਹਕੀਕ ਹੈ, ਤੇ ਇਹ ਦੂਸਰੀ ਗੋਲਡ ਵਾਲੀ ਹੈ। ਇਸ਼ਫਾਕ ਕਹਿੰਦੇ ਨੇ ਜੀ ਸ਼ਾਦੀ ਕੇ ਬਾਅਦ ਕਹੀਂ ਦਫਾ ਹਸਬੈਂਡ ਸੇ ਲੜਾਈ ਹੋਈ, ਕਈ ਦਫਾ ਹਸਬੈਂਡ ਸੇ ਲੜਾਈ, ਬੜੀ ਵਾਰੀ, ਕਿਤਨੀ ਦਫਾ ਹਸਬੈਂਡ ਸੇ ਲੜਾਈ? ਸਾਡੀ ਰਹਿੰਦੀ ਲੜਾਈ ਆ, ਹੁਣ ਵੀ ਰਾਹ 'ਚ ਆਉਂਦੇ ਆਉਂਦੇ ਮੈਂ 3 ਵਾਰੀ ਲੜਾਈ ਕੀਤੀ, ਔਫਿਸ ਸਵੇਰ ਦੀ ਮੈਂ 5 ਵਾਰੀ ਲੜਾਈ ਕੀਤੀ। ਸਾਡੀ ਲੜਾਈ ਹੁੰਦੀ ਆ ਕੋਈ ਘੰਟੇ 2 ਘੰਟੇ ਦੀ, ਆਹੋ, ਜਾਂ ਅੱਧੇ ਘੰਟੇ ਦੀ, ਜਾਂ 10 ਮਿੰਟ ਦੀ। ਹਾਂ, ਜਿਸ ਵੇਲੇ ਮੇਰਾ ਬੰਦਾ ਮੇਰੇ ਵੱਲ ਹੱਸ ਕੇ ਵੇਖ ਲੈ ਮੇਰੀ ਲੜਾਈ ਖਤਮ ਹੋ ਜਾਏ। ਇੱਦਾਂ ਹੀ ਹੋਣਾ ਚਾਹੀਦਾ। ਅੱਲਾਹ ਤਾਲਾ ਵੀ ਫਰਮਾਉਂਦੇ ਕਿ ਬੰਦੇ ਨੂੰ ਇੰਨੀ ਜਲਦੀ ਇੱਕ ਦੂਸਰੇ ਨੂੰ ਮਾਫ਼ ਕਰਨਾ ਚਾਹੀਦਾ ਜਿੰਨੀ ਜਲਦੀ ਅੱਲਾਹ ਤਾਲਾ ਬੰਦੇ ਨੂੰ ਮਾਫ਼ ਕਰਦਾ, ਬੰਦਾ ਦੂਸਰੇ ਬੰਦੇ ਨੂੰ ਇੰਨੀ ਜਲਦੀ ਮਾਫ਼ ਕਰ ਦੇਵੇ ਜਿੰਨੀ ਜਲਦੀ ਖੁਦਾ ਜਿਹੜਾ ਉਹ ਬੰਦਿਆਂ ਨੂੰ ਮਾਫ਼ ਕਰ ਦਿੰਦਾ। ਕਿਉਂਕਿ ਅੱਲਾਹ ਤਾਲਾ ਜੇ ਤੁਹਾਡੀਆਂ ਗਲਤੀਆਂ ਨੋਟਿਸ ਕਰਨ ਲੱਗੇ, ਉਹਦੇ ਰਿਗਾਰਡ 'ਚ ਤੁਹਾਨੂੰ ਕੁਛ ਦੇਣ ਲੱਗੇ, ਤਾਂ ਅਸੀਂ ਤਾਂ ਖਾਲੀ ਹੱਥ ਰਹਿ ਜਾਈਏ ਅਤੇ ਬਿਲਕੁਲ ਫਨਾ ਹੋ ਜਾਏ। ਅੱਲਾਹ ਤਾਲਾ ਦਾ ਹੀ ਕਰਮ ਆ ਕਿ ਦੇਖੋ ਉਹਨੇ 5 ਨਮਾਜ਼ਾਂ ਫਰਜ਼ ਕੀਤੀਆਂ। ਸਾਡੇ 'ਚ ਕਿੰਨੇ ਕੁ ਲੋਕ ਆ ਜਿਹੜੇ 5 ਨਮਾਜ਼ਾਂ ਪੜ੍ਹਦੇ? ਬੜਾ ਟਾਈਮ ਲੱਗੇ, 1 ਪੜ੍ਹ ਲਈ, 2 ਪੜ੍ਹ ਲਈ, 3 ਪੜ੍ਹ ਲਈ, ਬਸ ਠੀਕ ਹੈ। ਜਿਹੜੇ ਰੈਗੂਲਰ ਪੜ੍ਹਦੇ ਆ ਉਹ ਹਕੂਕੁਲ ਨਾਸ ਦੀ ਉਹ ਨਹੀਂ ਬਿਲਕੁਲ ਵੀ ਕਰਦੇ, ਹਕੂਕੁਲ ਆਬਾਦ ਦਾ ਖਿਆਲ ਨਹੀਂ ਰੱਖਦੇ, ਮਤਲਬ ਸਾਰੀਆਂ ਵਰਾਇਟੀਆਂ ਹੋਣੀਆਂ ਬਹੁਤ ਮੁਸ਼ਕਲ ਆ। ਇਸ ਕਰਕੇ ਅੱਲਾਹ ਤਾਲਾ ਜੇ ਉਹ ਵੇਖੇ ਅਤੇ ਸਾਨੂੰ ਸਜ਼ਾ ਦੇਣ ਲੱਗੇ ਜਾਂ ਸਾਨੂੰ ਨਵਾਜ਼ਨ ਤੋਂ ਹੱਥ ਖਿੱਚ ਲਏ, ਅਸੀਂ ਜਿਸ ਦਾ ਆਪਣੇ ਗਰੀਬ ਰਿਸ਼ਤੇਦਾਰਾਂ ਦੀ ਮਦਦ ਕਰਨ ਲੱਗਿਆ ਮੌਤ ਪੈ ਜਾਂਦੀ ਆ ਸਾਨੂੰ, ਕੋਈ ਮੰਗਣ ਵਾਸਤੇ ਆ ਜੇ, ਅਸੀਂ ਕਹਿੰਦੇ ਯਾਰ ਸਾਡੇ ਕੋਲ ਆਹ 500 ਰੁਪਈਆ, ਹੁਣ ਇਹਨੂੰ ਕਿੱਥੋਂ ਦੇਈਏ? ਇੱਦਾਂ ਹੀ ਨਾ, ਉਹ 10 ਰੁਪਏ ਮੰਗ ਰਿਹਾ। ਲੇਕਿਨ ਉਹ ਜਿਹੜੇ ਪ੍ਰੋਫੈਸ਼ਨਲ ਹੁੰਦੇ ਠੀਕ ਆ, ਲੇਕਿਨ ਅੱਲਾਹ ਤਾਲਾ ਇਹ ਵੀ ਫਰਮਾਉਂਦੇ ਮਤਲਬ ਕਿ ਅਗਰ ਮੈਂ ਦੇਖਾਂ ਕਿ ਤੁਹਾਡੇ ਕੋਲ ਹੈ ਉਸ ਹਿਸਾਬ ਨਾਲ ਨਵਾਜ਼ਣ ਲੱਗਾ, ਤੇ ਫਿਰ ਵੀ ਕੁਛ ਨਾ ਮਿਲੇ ਨਾ ਸਾਨੂੰ। ਹਾਂ, ਸਾਡੇ ਕੋਲ ਤਾਂ ਸਭ ਕੁਛ ਹੁੰਦਾ, ਅਸੀਂ ਫਿਰ ਮੰਗਦੇ ਰਹਿੰਦੇ ਮੰਗਦੇ, ਅਲਮੀ ਹੁਣ ਇਹ ਦੇ ਦੇ, ਉਹ ਮਿਲ ਗਿਆ, ਹੁਣ ਅਲਮੀ ਇਹ ਦੇ ਦੇ। ਤੇ ਇਸੇ ਤਰ੍ਹਾਂ ਜਦੋਂ ਕੋਈ ਮੰਗਣ ਵਾਲਾ ਆ ਜਾਂਦਾ, ਫਿਰ ਅਸੀਂ ਆਹ ਸੋਚਦੇ ਵੀ ਇਹਦੇ ਕੋਲ ਤਾਂ ਹੈਗਾ ਤੇ ਛੱਡੋ ਪਰੇ, ਇਹਨੂੰ ਕੀ ਦੇਣਾ, ਸਾਡੇ ਪੈਸੇ ਜ਼ਾਇਆ ਹੋਣੇ, ਇਹਦੀ ਤੇ ਆਦਤ ਹੈ ਮੰਗਣ ਦੀ, ਇਹਦਾ ਤੇ ਪੇਸ਼ਾ ਹੈ ਮੰਗਣ ਦਾ। ਮਤਲਬ ਇਹ ਨਹੀਂ ਸੋਚਣਾ ਚਾਹੀਦਾ। ਜਦੋਂ ਹਜ਼ੂਰ ਪਾਕ ਸੱਲ੍ਲਾ ਅਲੈਹਿ ਵਸੱਲਮ ਫਰਮਾਇਆ ਜਦੋਂ ਕਿਸ ਬੰਦੇ ਨੇ ਇੱਦਾਂ ਕਰਤਾ, ਇਹਦਾ ਮਤਲਬ ਹੈ ਉਹ ਹੱਕਦਾਰ ਹੈ। ਬੇਸ਼ੱਕ ਅੰਦਰੋਂ ਅੱਲਾਹ ਤਾਲਾ ਜਾਣਦਾ ਵੀ ਕੌਣ। ਹੁਣ ਅਸੀਂ 10 ਰੁਪਏ ਦੇਣ ਦੀ ਖਾਤਰ ਉਹਦੀ ਤਫਤੀਸ਼ ਕਰਨ ਲੱਗ ਪੈਂਦੇ ਹਾਂ, ਕੌਣ ਹੈ, ਕਿਉਂ ਮੰਗਦਾ, ਇਹਦੇ ਹੱਥ ਪੈਰ ਸਲਾਮਤ ਹੈ। ਮੈਂ ਆਪ ਵੀ ਇਹੀ ਕਰਨੀ ਆ, ਮਤਲਬ ਕੋਈ ਆਵੇ ਨਾ ਤਾਂ ਮੈਂ ਕਹਿੰਦੀ ਯਾਰ ਅਸੀਂ ਸਵੇਰ ਤੋਂ ਲੈ ਕੇ ਰਾਤ ਤੱਕ ਮਿਹਨਤ ਕਰੀ ਦੀ ਆ, ਠੀਕ ਆ, ਤੇ ਤੂੰ ਇੱਦਾਂ ਕਿ ਸਾਡੇ ਕੋਲ ਆਰਾਮ ਨਾਲ ਮੰਗਣ ਲੱਗ ਪਿਆ, ਤੇ ਮੰਗਦਾ ਕਿਉਂ ਹੈ? ਚੁੱਪ ਕਰਕੇ ਤੂੰ ਮਿਹਨਤ ਮੁਹਨਤ ਕਰ ਕੋਈ, ਹੈਂ, ਆ ਜਾ ਮੈਂ ਤੈਨੂੰ ਕੰਮ ਤੇ ਲਵਾ ਦੀ। ਮੈਂ ਤਾਂ ਸਿੱਧਿਆ ਕਹਿੰਦੀ, ਮੈਂ ਕਹਿੰਦੀ ਆ ਜਾ, ਜਦੋਂ ਮੈਂ ਪਾਕਿਸਤਾਨ ਸਾਂ, ਇੱਥੇ ਤੇਰੇ ਨਾਲ ਕੰਮ ਤੇ ਲਵਾ ਦੀ ਪਾਕਿਸਤਾਨ, ਤੇ ਮੈਂ ਉਹਨਾਂ ਨੂੰ ਸਿੱਧਿਆ ਕਹਿੰਦੀ ਸੀ ਕਿ ਆ ਜਾ ਤੈਨੂੰ ਕੰਮ ਤੇ ਲਵਾਉਂਦੇ ਹਾਂ, ਤੂੰ ਸਾਡੇ ਘਰ ਆ ਜਾ, ਕੋਈ ਕੱਪੜੇ ਵਾਸ਼ ਕਰ ਦਿਆ ਕਰ, ਸਫਾਈਆਂ ਵਗੈਰਾ ਕਰ ਦਿਆ ਕਰ, ਤੇ ਪੈਸੇ ਕਮਾ, ਠੀਕ ਹੈ, ਮੰਗਦੇ ਕਿਉਂ? ਲੇਕਿਨ ਗੱਲ ਐਵੇਂ ਕਿ ਮੇਰੀ ਮੁਸੰਮੀ ਚੁੱਕ ਕੇ ਲੈ ਕੇ। ਤੇ ਖੈਰ ਜੀ ਛੱਡੋ ਪਰੇ, ਅਗਲੀ ਗੱਲ ਕਰਨੇ। ਅਯਾਸ ਕਹਿੰਦੇ ਨੇ ਆਪਣਾ ਨਾਮ ਬਤਾਓ, ਮੇਰਾ ਨਾਮ ਨੈਨਾ ਸੁਨਾਨਾ। ਨੂਰ ਕਹਿੰਦੇ ਨੇ ਜੀ 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 ਜੀ, ਤੇ ਸਖਾਵਤ ਕਹਿੰਦੇ ਨੇ ਬਹੁਤ ਅੱਛਾ, ਅਦਨਾਨ ਕਹਿੰਦੇ ਨੇ ਨਾਈਸ, ਇਸ ਤੋਂ ਪਹਿਲੇ ਕਿ ਮੇਰਾ ਬੰਦਾ ਆ ਕੇ ਮੇਰੀ ਹੋਰ ਮੌਸਮੀ ਖਾ ਲਵੇ, ਮੈਂ ਛੇਤੀ ਛੇਤੀ ਖਾ ਲਵਾਂ। ਇਹਨੂੰ ਹਰ ਵੇਲੇ ਚਾਹ ਪੀਣ ਦਾ ਬਹੁਤ ਸ਼ੌਕ ਹੁੰਦਾ, ਇਹਨਾਂ ਨੂੰ ਹਰ ਵੇਲੇ ਕਹਿਣਗੇ ਚਾਹ ਪਿਆ ਲਓ, ਚਾਹ ਪਿਆ ਲਓ। ਹਾਂਜੀ, ਅੱਪੜ ਬਾਦ ਪੇ ਬੈਠੀ ਹੋ, ਹੈ ਸਾਰੇ ਠੀਕ ਕਹਿ ਰਹੇ ਹੋ। ਨਾਸਿਰ ਮਲੰਗ MNA ਰਮਾਨ, ਉਫ ਸ਼ਬਾਜ਼, ਠੀਕ ਸ਼ਬਾਜ਼ ਜੱਟ, ਨਾਇਜ਼ ਲਿਪਸ, ਅਲੀ ਆਸਿਫ, ਸਾਰਾ ਅਲੀ, ਵਿਚ ਸ਼ੈਂਪੂ ਯੂ ਯੂਜ਼? ਸਾਰਾ ਅਲੀ, ਸ਼ੈਂਪੂ ਦੀ ਗੱਲ ਨਹੀਂ ਹੁੰਦੀ, ਅੰਡਾ ਹੁੰਦਾ ਨਾ, ਅੰਡਾ ਤੇ ਦਹੀਂ, ਠੀਕ ਆ, ਅੰਡਾ ਤੇ ਦਹੀਂ ਜ਼ਰੂਰ ਯੂਜ਼ ਕਰਿਆ ਕਰੋ ਮਹੀਨੇ 'ਚ 2 ਵਾਰੀ, ਠੀਕ ਆ, ਅੰਡੇ 'ਚ ਦਹੀਂ ਪਾ ਕੇ ਉਹਦੇ ਨਾਲ ਮਸਾਜ ਕਰਕੇ 15-20 ਮਿੰਟ ਬਾਅਦ ਧੋ ਲਿਆ, ਹਾਂ, ਸ਼ੈਂਪੂ ਕਰਕੇ। ਸ਼ੈਂਪੂ ਅੱਛਾ ਵਾਲਾ ਲਾਉਣਾ ਚਾਹੀਦਾ, ਆਹ ਜਿਹੜਾ ਸਨਸਲਿਕ ਆ ਨਹੀਂ ਲਾਉਣਾ ਚਾਹੀਦਾ, ਸਿੱਧੀ ਜੀ ਗੱਲ, ਵਾਲਾਂ ਦਾ ਕਲਰ ਚੇਂਜ ਕਰ ਦਿੰਦਾ ਸਨਸਲਿਕ ਸ਼ੈਂਪੂ। ਨਦੀਮ ਕਹਿੰਦੇ ਨੇ ਗ੍ਰੇਟ ਵਾਪ, ਥੈਂਕ ਯੂ। ਆਹ ਕਿਸੇ ਨੇ ਕਿਹਾ ਮੌਲਵੀ ਬਣੀ ਬੈਠੀ ਹੈ, ਇੱਦਾਂ ਦੀ ਗੱਲ ਨਹੀਂ। ਵਿਕਾਸ ਕਹਿੰਦੇ ਨੇ ਬਾਜੀ ਥੋੜ੍ਹਾ ਘੱਟ ਬੋਲੋ, ਨਹੀਂ ਘੱਟ ਬੋਲਾਂਗੀ ਤਾਂ ਫਿਰ ਪ੍ਰੋਗਰਾਮ ਦਾ ਮਜ਼ਾ ਤਾਂ ਨਾ ਆਇਆ, ਫਿਰ ਤੁਸੀਂ ਬੋਰ ਹੋ ਜਾਓਗੇ। ਆਪਣਾ ਬੰਦਾ ਵੀ ਦਿਖਾ ਦਿਓ, ਮੇਰਾ ਬੰਦਾ ਨਹੀਂ ਆਉਂਦਾ ਸਾਹਮਣੇ, ਹਾਂ,
मोहम्मद सुफियान आए ने। ओहो कहना जी इन्ना लेट। हाँ मोहम्मद सुफियान तेन पता है जो मिल गई तेरी भैन आ ते की हाल है वधिया ते दुआ करो कि हुन ओ मैनू वीजा भी ऑफर कर दें। हाँ लगता नहीं उन्होंने शक्ल हाँ लेकिन दुआ करो कि ओ मैनू वीजा ऑफर कर दें जे मेरे हक च बेहतर आते। सिस्टर सलाम वालेकुम सलाम जी सैयद शहबाज अली थैंक यू ते कहने प्लीज डोंट ईट विद लेफ्ट हैंड। ओ हो पता की ए मेरा सज्जा हथ है ए मेरा उल्टा हथ है ओ इथे तुहानू एदा नजर आनी ओ जो एदा हुंदा ते ए लगदा ए उल्टा ते ए सीधा एदा करके हो जाता है। हाँ लेकिन आई सज्जा तुसी केड़ा लांदे हो शैंपू मैं गार्नियर गार्नियर है कि लॉरियल है गार्नियर है या लॉरियल है यार वो प्यार दोनों कंपनियां अच्छी हैं मतलब मैं चेंज करके लानी कभी गार्नियर ले लेनी हाँ कभी लॉरियल ले लेनी हूं तो काफी अरसे तो आही चल रहा है रेड वाला मैनू तो फिर ना वो समझ नहीं आती गार्नियर है कि लॉरियल है दोवां च कन्फ्यूजन हो जाती मेरा ख्याल गार्नियर है। ते ए कौन ने इमरान कहते हैं जी मैं दुबई में हूँ अच्छी चंगी गल है जी दुबई च है पता की दुबई च एको ही टेंशन है कि इतने टेंशन बड़ी है एको टेंशन है ये टेंशन बहुत बड़ी है। अच्छा सुफियान कहते हैं जी पंजाबी दी धरती दे सोने ते सुखने गबरू जवान जेड़े नशिया विच डुबे पे ने उन्हां नू की कहना चाहोगे या पता की है की कहना उन्हें केड़ा बेचारिया ने सुन लेना। मोहम्मद सुफियान कहते ने माशाला जी बहुत बहुत मुबारक हो आपको। अच्छा थैंक यू वेरी मच जी मुबारक ते पता की है ए नशे पानी च प्या कुछ नहीं होंदा लेकिन लोकी मुंडे जेड़े है ना फिर भी लग जाते पता की उन्हें घरों निगलैक्ट होंदा ना जो बच्चा सानू नहीं लगता असं उन्हें टाइम नहीं देंगे दे। ठीक है मुदसर अला कहते सिस्टर अज आप शैंपू भेज रही हैं के अभी से लगा दिया आपने ये आज तो आप शैंपू भेज ऐदा दी गल नहीं है ओ पया होया। हाँ मैं शुरू तो आही लानी हाँ ते पहले बहुत पहले बचपन च सतवी अठवीं नौवीं तो मैं स्टार्ट कीता सी उस तो पहले ते साबुन ला के अंडा उंडा ही लाईदा सी ता उदो मैं लानी सी हैड एंड शोल्डर्स। हाँ हुण गारियां तो लॉरियल ते मोहम्मद कहंदे ने खान जॉब कहां जॉब लग गए मेरे बंदे दे ऑफिस जसगी लाएगा ते और दीप जोत वगैरह उन्हें सारे नु बड़ी खुशी होनी और भी जेड़े सारे मतलब मेरे बंदे जानते और काफी लोग कह रहे सी बंदे दी ते उन्हें मैं ओदी डीपी लाई सी एक घंटे वास्ते ओदी डीपी लाई सी मैं पंजाबी लवर्स टीवी नेटवर्क ते ओ फिर मैं खत्म करती। हाँ वधिया नहीं लगता नजर लग जाती है ते कितना बचो तो कितना बचो पता नहीं की है कितने हो गए थे। ऐको अस्सलाम वालेकुम की हाल है आमिर कहंदे ने जी बहुत प्यारी लग रही हो आमिर बट्टी तू ते तो गो टू हेल हो जा तेरी कोई लोड नहीं है आओ ते ऐको ने कहंदे मैं कुर्बान जाऊं कुर्बान ना जाई। फरीद कहंदे ने जी सुनो जी सुनाओ। अच्छा जिन्ने लोग मेरे नाल हो एक बार शेयर का बटन दबाओ कम ऑन शेयर ते लाइक दो भी बटन नपो। मुजफ्फर कहंदे ने जान जी हां जी मुदस कहंदे ने सिस्टर मैंने कहा है आज तो मेरी सिस्टर शैंपू भेज रही है बेच रही है लिखे के बेच रही है लिखे लवप्रीत कहते ने क्या बात है सो नाइस। अच्छा ठीक हो गया। चौधरी बिशारत कहते ने माशाला। विकास कहते ने नशा हम करते हैं हाँ पता की नशा असी करते हैं भुगतना साडे मां प्यो नूं पैंदा ते मैं आ गल कहनी हां के वाकई जदों असी मां प्यो बनांगे ते सानू जदों औलाद दा दुख मिलू फिर सानू पता चलना कि यार औलाद का दुख कि साढ़े माँ प्यो कि तकलीफ से लेकिन और तक टाइम लग जाना ए दुनिया का ना एक चक्कर है। हाँ वो चक्कर च सारे चलते पे है कोई अपने तजर्बे तो बगैर सीखने तैयार ही नहीं है। दीप चौप कहते ने जी लाइव का टाइम इतने टाइम हूँ थोड़ा हाँ बस फिर हूँ समझो समझ लो लड़ाइया शुरू हो गई नहीं 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 हूँ घट मतलब आदि नहीं थोड़ियां छोटियां हो गई लड़ाइया पहले बहुत ज्यादा होंदिया सी हुण मैं हर वेले सामने रहिंदी आ उह थोड़ा जिहा कदी कदी कंप्रोमाइज कर लैंदा झिड़कां बड़ियां पैंदियां नूं उत्थे जरा इधर से देखा थले कर मूं पता नहीं लगता किधर वेखना पिया किधर वेखना पिया बेबो इत्थे बह जा चुप कर की लियाना इधर फड़ा मैं पुछ कहनी इधर फड़ा उत्थे की चला ओह देखो क्यों खड़ोता आया
ਆ ਬਸ ਸਾਰਾ ਸਿਲਸਿਲਾ ਚੱਲਦਾ ਰਹਿੰਦਾ। ਅੱਛਾ ਕੋਈ ਬੱਚਿਆਂ ਦਾ ਰੋਲਾ ਪਾਉਣ ਡਿਆ, ਤੂੰ ਬੱਚੇ ਡੋਨੇਟ ਕਰਨੇ ਆ, ਤੇਰੇ ਘਰ ਬਹੁਤੇ ਆ ਵੰਡਣੇ ਆ। ਲਵਪ੍ਰੀਤ ਕਹਿੰਦੇ ਨੇ ਬਿਲਕੁਲ ਠੀਕ ਆ। ਅਲੀ ਰਾਜਪੂਤ ਬਹੁਤ ਖੂਬ। ਮੁਹੰਮਦ ਕਹਿੰਦੇ ਨੇ ਗਲਾਸਿਸ ਉਤਾਰ ਦੋ, ਗਲਾਸਿਸ ਨਾਰੇ ਡੰਡੇ ਡਾਢੇ ਚੰਗੇ ਲੱਗ ਰਹੇ ਹੋ ਜੀ ਨਦੀਮ ਸਾਹਿਬ, ਥੈਂਕ ਯੂ। ਤੇ ਇਹ ਕੋਨੇ ਮਖਦੂਮ ਕਹਿੰਦੇ ਨੇ ਨਾਈਸ, ਤੇ ਜ਼ਮਾਨ ਕਹਿੰਦੇ ਨੇ ਕਾਲਮੀ, ਤੇ ਤੈਨੂੰ ਤੇ ਮੈਂ ਕਾਲ ਕਰਨੀ। ਸਦੀਕੀ ਕਹਿੰਦੇ ਨੇ ਹਮੇਸ਼ਾ ਹੱਸਦੀ ਰਹੋ। ਅਬੂ ਬਕਰ ਕਹਿੰਦੇ ਨੇ, ਅਲੀ ਰਾਨੋ ਕਹਿੰਦੇ ਨੇ ਅੱਜ ਇੰਨੀ ਲੇਟ, ਹਾਂ ਮੇਰੀ ਨੌਕਰੀ ਲੱਗ ਗਈ, ਮੈਂ ਸੋਚਿਆ ਸੀ ਨਹੀਂ ਦੱਸਣਾ, 2 ਦਿਨ ਹੋ ਗਿਆ ਜਾਣ ਡਈ ਹਾਂ, ਹਾਂ ਅੱਜ ਦੂਸਰਾ ਦਿਨ ਸੀ, ਤਾਂ ਮੈਂ ਕਿਹਾ ਉਹ ਮੈਨੂੰ ਲੈਟਰ ਦੇ ਦੇਣ ਤੇ ਮੈਂ ਫੇਰ ਹੀ ਦੱਸਾਂ। ਪਤਾ ਕੀ ਆ, ਨਜ਼ਰ ਜੀ ਲੱਗ ਜਾਂਦੀ ਮੈਨੂੰ ਤੇ, ਬਹੁਤ ਹੀ ਇਸ ਗੱਲ ਤੇ ਉਹ ਹੋ ਗਈ ਆ ਕਿ ਯਾਰ ਨਜ਼ਰ ਲੱਗ ਜਾਂਦੀ, ਬੜੀ ਛੇਤੀ ਨਜ਼ਰ ਲੱਗਦੀ ਮੈਨੂੰ ਤੇ। ਰੁਕ ਜਾ, ਸਬਰੂਨ 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 ਸਬਰੂਨ, ਹਾਏ ਆ ਨਹੀਂ ਪਾਇਆ ਸੀ ਜੇ ਅੱਜ ਮੇਰਾ ਸਿਰ ਪੀੜ ਸ਼ੁਰੂ ਹੋ ਗਿਆ, ਅੱਲਾ ਮਾਫ ਕਰੇ, ਫਿਰ ਮੈਂ ਕੀ ਕਰਨਾ। ਜਿੰਨੀ ਜ਼ਿਆਦਾ ਲੜਾਈ ਓਨਾ ਪਿਆਰ ਹੁੰਦਾ, ਹਾਂ ਇਹੀ ਗੱਲ ਹੈ। ਅੱਛਾ ਇੰਨੀ ਲੜਾਈ ਹੁੰਦੀ ਮੈਨੂੰ ਨਹੀਂ ਲੱਗਦਾ ਕਿ ਹੁਣ ਮੇਰੀ ਸੁਲਾਹ ਹੋਣੀ, ਤੇ ਜਿੱਦਾਂ ਹੀ ਉਹ ਮੈਨੂੰ ਹੱਸ ਕੇ ਬੁਲਾਉਂਦਾ ਮੇਰੀ ਫਿਰ ਸੁਲਾਹ ਹੋ ਜਾਂਦੀ। ਹਾਂ ਤੇ ਇਹ ਵਾਲੀ ਲੜਾਈ ਬਹੁਤ ਵਧੀਆ ਹੁੰਦੀ ਹੈ ਕਿ ਮੈਂ ਬਹੁਤ ਸਖ਼ਤ ਲੜਦੀ ਆਪਣੇ ਵੱਲੋਂ ਬਹੁਤ ਸਖ਼ਤ, ਮੈਂ ਕਹਿੰਦੀ ਹਾਂ ਹੁਣ ਮੈਂ ਤੇਰੇ ਨਾਲ ਗੱਲ ਹੀ ਨਹੀਂ ਕਰਨੀ, ਬਸ ਮੇਰੀ ਹੁਣੀ ਟਿਕਟ ਕਰਾ ਦੇ ਮੈਂ ਘਰ ਚੱਲੀ। ਉਹ ਫਿਰ ਥੋੜ੍ਹੀ ਦੇਰ ਬਾਅਦ ਕਹੇਗਾ ਇੱਧਰ ਤਾਂ ਦੇਖ। ਅੱਛਾ ਹੱਸ ਕੇ ਵਿਖਾ, ਹੱਸ ਕੇ ਵਿਖਾ, ਕਿੱਦਾਂ ਦਾ ਮੂੰਹ ਬਣਾਇਆ, ਮੈਂ ਉੱਥੇ ਹੱਸ ਪੈਂਦੀ ਅਤੇ ਗੱਲ ਖਤਮ ਹੋ ਜਾਂਦੀ। ਅਤੇ ਮਤਲਬ ਵਧੀਆ ਹੁੰਦਾ ਨਾਲ ਨਾਲ ਰਹਿਣ ਦਾ, ਵਧੀਆ ਹੁੰਦਾ ਬਜਾਏ ਇਸਦੇ ਮੈਂ ਘਰ ਬੈਠ ਕੇ ਸੋਚਦੀ ਰਹਾਂ ਜਾਂ ਕਿਸੇ ਦੂਸਰੇ ਆਫਿਸ ਹੋਵਾਂ, ਮੈਂ ਸੋਚਦੀ ਰਹਾਂ ਕੀ ਕਰਦਾ ਹੋਣਾ, ਉਹ ਮੈਸੇਜ 'ਤੇ ਲੜਦੀ ਰਹਾਂ ਕੀ ਕਰਨਾ ਪਿਆ ਮੈਨੂੰ, ਦੱਸ ਤਸਵੀਰ ਭੇਜੀਏ, ਹਰ ਵੇਲੇ ਮੈਨੂੰ ਇਹ ਕਰਨਾ ਪੈਂਦਾ। ਇਸ ਤਰ੍ਹਾਂ ਮੇਰੇ ਸਾਹਮਣੇ ਆ ਅਤੇ ਜ਼ਰਾ ਘੱਟ ਜਾਂਦਾ, ਮੈਨੂੰ ਪਤਾ ਹੁੰਦਾ ਬਿਜ਼ੀ ਹੈ ਉਹ ਵੀ, ਮੈਂ ਵੀ ਕੰਮ 'ਚ ਲੱਗੀ ਹਾਂ, ਇਟਸ ਓਕੇ, ਫਿਰ ਵਧੀਆ ਲੱਗਦਾ ਮੈਨੂੰ ਤਾਂ ਲੱਗਦਾ ਕਿ ਇਹ ਵਧੀਆ। ਦੂਰ ਦੂਰ ਰਹਿ ਕੇ ਬਹੁਤ ਲੜਾਈ, ਕੋਲ ਰਹਿ ਕੇ ਨਹੀਂ। ਲਵਪ੍ਰੀਤ ਕਹਿੰਦੇ ਨੇ ਤੁਸੀਂ ਹੱਸਦੇ ਬਹੁਤ ਆ ਜੀ, ਸੋਹਣੇ ਲੱਗਦੇ ਹੋ ਤੁਸੀਂ, ਥੈਂਕ ਯੂ ਵੈਰੀ ਮਚ। ਮੀਆਂ ਜ਼ੁਬੈਰ ਕਹਿੰਦੇ ਨੇ ਨਾਈਸ, ਅਤੇ ਮੁਹੰਮਦ ਕਹਿੰਦੇ ਨੇ ਮਤਲਬ ਅਬ ਆਪਕਾ ਪਾਕਿਸਤਾਨ ਆਉਣਾ ਕੈਂਸਲ। ਨਹੀਂ ਨਹੀਂ ਪਾਕਿਸਤਾਨ ਤਾਂ ਆਉਣਾ, ਪਾਕਿਸਤਾਨ ਤਾਂ 31 ਨੂੰ ਆਉਣਾ ਹੀ ਆਉਣਾ, ਵੀਜ਼ਾ ਐਕਸਪਾਇਰ ਹੋ ਜਾਣਾ ਨਾ, 3 ਮਹੀਨੇ ਪੂਰੇ, ਦੁਪਹਿਰ ਨੂੰ ਫਲਾਈਟ ਆ ਅਤੇ ਮੈਂ ਸ਼ਾਮ ਤੱਕ ਪਾਕਿਸਤਾਨ। ਫਿਰ ਉੱਥੇ ਕਿੰਨੇ ਦਿਨ ਰਹਿੰਦੀ ਆ, ਉਹ ਡਿਪਟੀ ਰੈਡ ਲਾਈ ਆ, ਆਹ ਦੇਖੋ ਰੈਡ ਆ, ਹਾਂ ਦੂਰੋਂ ਨਹੀਂ ਪਤਾ ਲੱਗਦਾ, ਇੱਥੇ ਲਾਈਟਸ ਦਾ ਬਹੁਤ ਪ੍ਰੋਬਲਮ ਹੈ, ਲਾਈਟ ਇਹਨਾਂ ਦੀ ਐਡੀ ਡੀਮ ਜੀ ਆ, ਹਾਂ ਤੇਲ ਵਾਲੀ ਲਾਈਟ ਆ, ਪਾਕਿਸਤਾਨ ਵਾਲੀ 220 ਵਾਟ ਦੀ ਨਹੀਂ ਹੈਗੀ ਜਿਹੜੀ ਕਦੀ 240 ਵਾਟ ਤੇ ਚਲੀ ਜਾਂਦੀ ਆ, ਹਾਂ ਡੰਡਿਆਂ ਸੋਟਿਆਂ ਨਾਲ ਹਾਂ ਕਦੀ ਕਦੀ ਮੈਂ ਲਾ ਵੀ ਦਿੰਦੀ ਹੁੰਦੀ ਹਾਂ, ਪੰਜ ਪਤਾ ਕੀ ਦੇਖਦਾ ਫਿਰ ਹਾਂ ਲੱਗ ਜਾਂਦੀ ਹੁੰਦੀ ਕੀ ਹੋ ਰਿਹਾ, ਤਾਂ ਚੰਗਾ ਮੇਰਾ ਬੰਦਾ ਵਿਚਾਰਾ, ਹਾਂ ਪਰ ਉਹਦੀ ਜਦੋਂ ਤਾਰੀਫ ਕਰੋ ਉਹ ਫਿਰ ਬਹੁਤਾ ਲੜ ਪੈਂਦਾ, ਹਾਂ ਤਾਰੀਫ ਨਹੀਂ ਕਰਨੀ ਚਾਹੀਦੀ। ਸ਼ਾਨੀ ਭੱਟ ਕਹਿੰਦੇ ਨੇ ਅੱਲਾ ਆਪਕੋ ਬੁਰੀ ਨਜ਼ਰ ਸੇ ਬਚਾਏ, ਥੈਂਕ ਯੂ ਵੈਰੀ ਮਚ। ਆਹ ਲੋਕ ਬਹੁਤ ਵਧੀਆ ਲੱਗਦੇ ਜਿਹੜੇ ਕਹਿੰਦੇ ਅੱਲਾ ਬੁਰੀ ਨਜ਼ਰ ਸੇ ਬਚਾਏ, ਥੈਂਕ ਯੂ ਵੈਰੀ ਮਚ। ਵੈਸੇ ਥੋੜ੍ਹਾ ਲੜਿਆ ਕਰੋ, ਦਿਨ 7-8 ਵਾਰੀ ਲੜਨੀ ਆ, ਹੋਰ ਕਿੰਨਾ ਡਾਕਟਰ ਦੇ ਮੁਤਾਬਿਕ ਕਿੰਨਾ ਕੁ ਲੜਨਾ ਚਾਹੀਦਾ, ਡਾਕਟਰ ਦੇ ਮੁਤਾਬਿਕ ਥੋੜ੍ਹਾ ਬਹੁਤਾ ਲੜਨਾ ਚਾਹੀਦਾ। ਅੱਛਾ ਜੀ ਐਸ ਟੀ ਐਨ ਵਾਲਿਆਂ ਨੇ ਨਾ ਇੱਕ ਉਹ ਭੇਜਿਆ ਐਡਰੈਸ, ਹਾਂ ਉਹ ਕੋਈ ਕੀ ਹੁੰਦਾ ਲਿੰਕ, ਉਹਦੇ ਤੇ ਕਲਿੱਕ ਕਰਨਾ, ਦੇਖਣਾ ਕੀ ਭੇਜਿਆ, ਤੇ ਜੇ ਹੋਇਆ ਬੋਂਗਾ ਡੋਂਗਾ ਰੱਜ ਕੇ ਮੈਸੇਜ ਕਰਨੇ ਆ ਇਨਬੋਕਸ 'ਚ, ਰੱਜ ਕੇ ਮੈਸੇਜ ਕਰਨੇ ਆ ਇਨਬੋਕਸ 'ਚ, ਠੀਕ ਹੈ। ਤੇ ਇਸ਼ਵਾਕ ਕਹਿੰਦੇ ਨੇ ਜੀ ਲਵ, ਤੇ ਸੁਫੀਆਨ ਕਹਿੰਦੇ ਨੇ ਸਿੰਗਲ ਬੰਦੇ ਨੂੰ ਸਹੀ ਚੱਸ ਆਉਂਦੀ ਪਰਦੇਸ ਜਾ ਕੇ, ਹਾਂ ਸਿੰਗਲ ਬੰਦੇ, ਨਹੀਂ ਨਹੀਂ ਸਿੰਗਲ ਬੰਦੇ ਦੀ ਕੋਈ ਜ਼ਿੰਦਗੀ ਨਹੀਂ। ਮੈਂ ਤੈਨੂੰ ਇੱਕ ਗੱਲ ਦੱਸਾਂ, ਪਤਾ ਕੀ ਸੁਫੀਆਨ, ਗੱਲ ਇਹ ਵੇ ਇੱਥੇ ਜਦੋਂ ਬਾਅਦ ਆਉਂਦਾ ਤੁਸੀਂ ਆਪਣਾ ਚਸ਼ਮਾ ਤੇ ਉਤਾਰੋ, ਚਲੋ ਗੱਲ ਕਰਨ ਲੱਗਿਆ ਚਸ਼ਮਾ ਲਾ ਲੈਣੇ, ਪਤਾ ਕੀ ਆ ਸਿੰਗਲ ਬੰਦਾ ਜਦੋਂ ਉੱਥੋਂ ਆਉਂਦਾ ਉਹਨੂੰ ਵਿਚਾਰੇ ਨੂੰ ਨਾ ਨੌਕਰੀ ਵੀ ਆਪ ਲੱਭਣੀ ਪੈਂਦੀ, ਫਿਰ ਉਹਨੂੰ ਕੱਪੜੇ ਵੀ ਆਪ ਧੋਣੇ ਪੈਂਦੇ, ਫਿਰ ਉਹਨੂੰ ਸਫਾਈਆਂ ਮਤਲਬ ਕਿੰਨਾ ਕਰਨਾ ਹੁੰਦਾ, ਲੇਕਿਨ ਫਿਰ ਵੀ ਕੋਈ ਇੱਧਰ ਉੱਧਰ ਹੱਥ ਪੈਰ ਆਪ ਹੀ ਮਾਰਨਾ ਪੈਂਦਾ, ਫਿਰ ਉਹਨੂੰ ਖਾਣ ਦੀ ਬੜੀ ਟੈਨਸ਼ਨ, ਖਾਣਾ ਵੀ ਪਕਾਉਣਾ ਪੈਂਦਾ, ਬਾਹਰੋਂ ਖਾਊਗਾ ਉਹਨੂੰ ਸਮਝ ਨਹੀਂ ਆਉਣੀ, ਫਿਲਪੀਨੀਆਂ ਦੇ ਖਾਣੇ, ਚਾਈਨੀਜ਼ ਦੇ ਖਾਣੇ, ਪਤਾ ਨਹੀਂ ਕੀ ਕੀ ਪੱਕਿਆ ਹੁੰਦਾ, ਉੱਤੋਂ ਮਹਿੰਗਾ ਪੈਂਦਾ, ਠੀਕ ਆ, ਅਤੇ ਬਾਹਰੋਂ ਕਿੱਦਾਂ ਵਿਚਾਰਾ ਖਾਊਗਾ, ਟੈਨਸ਼ਨ ਹੁੰਦੀ ਆ। ਅਤੇ ਫਿਰ ਇੱਥੇ ਜਿਹੜੀ ਹੈ ਨਾ ਰੋਟੀ ਨਹੀਂ ਲੱਭਦੀ ਯਾਰ, ਸਭ ਤੋਂ ਵੱਡੀ ਮੁਸੀਬਤ ਇੱਥੇ ਰੋਟੀ ਨਹੀਂ ਲੱਭਦੀ, ਹਾਂ ਉਹ ਖਬੀਸ ਜੀ ਕੁਛ ਮਿਲਦਾ, ਖਬੀਸ ਮੈਂ ਤਾਂ ਉਹਨੂੰ ਖਬੀਸ ਕਹਿੰਦੀ ਹਾਂ, ਖਬੂਸ ਕਹਿੰਦੇ ਆ ਉਹਨੂੰ, ਆਹੋ ਮੈਂ ਉਹਨੂੰ ਕਹਿੰਦੀ ਉਹ ਖਬੀਸ ਜਿਹਾ ਨਹੀਂ ਖਾਣਾ, ਮੈਂ ਇੱਕ ਵਾਰੀ ਖਾਧੀ ਆ, ਹਾਂ
ਉਹ ਖਬੀਜ ਇੱਕ ਵਾਰੀ ਖਾਧੀ ਆ ਮੈਂ। ਉਹ ਰੋਟੀ ਨਹੀਂ ਆ, ਰਬੜ ਹੀ ਆ। ਸ਼ਸ਼ਕਾ ਸ਼ਸ਼ਕਾ ਹੈ ਐਨਕ ਮੈਨੂੰ ਬਹੁਤ ਵਧੀਆ ਲੱਗਦੀ ਆ, ਮੈਂ ਲੈ ਤੇ ਲਈ। ਮੈਨੂੰ ਉਹ ਬੀਆ ਵੀ ਕਹਿਣ ਦਈ ਸੀ, ਕਹਿੰਦੀ ਆ ਨੈਣਾ ਆਪੀ ਆ ਤੁਸੀਂ ਹਰ ਵੇਲੇ ਐਨਕ ਲੱਗਦਾ, ਤੈਨੂੰ ਬਹੁਤ ਪਸੰਦ ਆ ਗਈ। ਮੈਂ ਕਿਹਾ ਯਾਰ ਧਰਮਾਂ ਦੀ ਲਿੱਤੀ ਆ ਤੇ ਧਰਮ ਪੂਰੇ ਤੇ ਕਰ ਲਈਏ। ਚਲੋ ਜੀ ਸ਼ਸ਼ਕਾ ਖਤਮ, ਸ਼ਸ਼ਕਾ ਖਤਮ, ਆਹੋ ਚਲੋ ਆਜੋ ਹੁਣ, ਆਜੋ ਆਜੋ ਮੈਦਾਨ ਚ ਆਜੋ। ਮੈਸੇਜ ਪੜ੍ਹੀਏ ਤੁਹਾਡੇ, ਛੇਤੀ ਨਾਲ ਮੈਸੇਜ ਦੱਸੋ, ਮੈਸੇਜ ਪੜ੍ਹਨੇ ਤੁਹਾਡੇ। ਅੱਛਾ ਇਹ ਜਿਹੜਾ ਲਿੰਕ ਭੇਜਿਆ ਐਸਟੀਐਨ ਵਾਲਿਆਂ ਨੇ, ਇਹਨੂੰ ਤੁਸੀਂ ਨਾ ਜ਼ਰੂਰ ਕਰਨਾ, ਹਾਂ ਇਹਨੂੰ ਟੱਚ ਕਰਨਾ, ਫਿਰ ਜਾ ਕੇ ਵੇਖਣਾ ਇਹਨਾਂ ਨੇ ਘੱਲਿਆ ਕੀ, ਹੁਣ ਇਹਨਾਂ ਨੇ ਕੀ ਬਣਾਇਆ। ਪਹਿਲਾਂ ਇਹਨਾਂ ਨੇ ਉਹ 3 ਸਾਲ ਬਣਾਇਆ, ਉਹ ਜਿਹੜਾ ਗਾਣਾ ਸੀ ਗੰਦਾ ਜਿਹਾ। ਹਾਂ ਸੋਰੀ ਸੋਰੀ ਪੰਜਾਬੀ ਸਾਹਿਬ, ਸੋਰੀ ਮੇਰਾ ਆਹ ਮਤਲਬ ਨਹੀਂ ਸੀ। ਹਾਂ ਉਹ ਗੰਦਾ ਜਿਹਾ ਇਹਨਾਂ ਨੇ ਗਾਣਾ ਬਣਾਇਆ, ਮਤਲਬ ਮੈਂ ਆਹ ਨੀ ਕਹਿੰਦੀ, ਪੰਜਾਬੀ ਸਾਹਿਬ ਨੇ ਥੋੜੇ ਬਣਾਇਆ, ਉਹ ਤੇ ਕਿਸੇ ਨੇ ਮਿਊਜ਼ਿਕ ਦਿੱਤਾ, ਕਿਸੇ ਨੇ ਲਿਖਿਆ। ਹਾਂ ਮੈਨੂੰ ਲੱਗਦਾ ਹੈ ਉਹ ਨਜ਼ੀਰ ਨੇ ਲਿਖਿਆ, ਮੇਰਾ ਦਿਮਾਗ ਜਿੱਥੋਂ ਦਾ ਕੰਮ ਕਰ, ਨਜ਼ੀਰ ਨੇ ਲਿਖਿਆ, ਮਤਲਬ ਉਹਦੇ ਬੋਲ ਵਧੀਆ। ਨਜ਼ੀਰ ਮੇਰਾ ਚੰਗਾ ਫਰੈਂਡ ਆ ਵਿਚਾਰਾ, ਹਾਂ ਬੜਾ ਵਧੀਆ ਮੇਰਾ ਕੁਲੀਗ ਵੀ ਰਿਹਾ, ਤੇ ਗਾਣੇ ਦੇ ਬੋਲ ਵਧੀਆ, ਲੇਕਿਨ ਉਹਦਾ ਜਿਹੜਾ ਪਿਕਚਰਾਈਜੇਸ਼ਨ ਆ ਨਾ ਉਹ ਬੜੀ ਗੰਦੀ ਹੋਈ ਆ। ਓਏ ਹੋਏ ਹੋਏ, ਤੇ ਆਹ ਹੁਣ ਜਿਹੜਾ ਲਿੰਕ ਭੇਜਿਆ, ਹੁਣ ਆਹ ਵੇਖਣਾ ਕਿ ਕੀ ਹੈ। ਅੱਛਾ ਜੀ ਮੁਹੰਮਦ ਸੁਫੀਆਨ ਕਹਿੰਦੇ ਨੇ ਜੀ ਹਾਏ ਓਏ ਹੁਣ ਸੋਹਣੇ ਲੱਗੇ ਹੋ। ਅੱਛਾ ਸਿੰਗਲ ਕੋਈ ਜ਼ਿੰਦਗੀ ਨਹੀਂ ਹੈ, ਇਸਕਾ ਦੁੱਖ ਹਮਸੇ ਪੁੱਛੋ। ਸਮਾਨ ਠੀਕ ਕਹਿੰਦੇ ਆ, ਹੈਦਰ ਕਹਿੰਦੇ ਨੇ ਹਾਏ ਸਲਾਮ। ਪਤਾ ਕੀ ਆ, ਦੇਖੋ ਦੁਖੀ ਤਾਂ ਬੰਦੇ ਨੇ ਰਹਿਣਾ, ਵਿਆਹ ਤੋਂ ਬਗੈਰ ਵੀ ਬੰਦਾ ਦੁਖੀ ਆ ਤੇ ਵਿਆਹ ਕਰਾ ਕੇ ਵੀ ਦੁਖੀ ਆ, ਤੇ ਇਹਦੇ ਨਾਲ ਚੰਗਾ ਨੀ ਬੰਦਾ ਵਿਆਹ ਹੀ ਕਰਾ ਲੇ। ਹਾਂ ਅੱਜ ਇਹਨੂੰ ਪੁੱਛਦਾ ਪਿਆ ਇਹਦੇ ਨਾਲ ਦਾ ਕੁਲੀਗ ਨਾ, ਇਹਦਾ ਅਸਿਸਟੈਂਟ, ਕਹਿੰਦਾ ਵੀ ਭਾਜੀ ਤੁਹਾਡਾ ਕੀ ਖਿਆਲ ਆ, ਬੰਦੇ ਨੂੰ ਕਦੋਂ ਵਿਆਹ ਕਰਾਉਣਾ ਚਾਹੀਦਾ। ਹਾਂ ਤੇ ਮੇਰਾ ਲਿਖ ਕੇ ਕਹਿੰਦਾ, ਮੇਰਾ ਲਿਖ ਕੇ ਕਹਿੰਦਾ, ਮੈਂ ਤੇ ਕਹਿੰਦਾ ਯਾਰ ਬੰਦੇ ਨੂੰ 6 ਸਾਲ ਰੁਕ ਜਾਣਾ ਚਾਹੀਦਾ। ਮੈਨੂੰ ਉਸ ਵੇਲੇ ਤੇ ਗੁੱਸਾ ਆਇਆ, ਫਿਰ ਬਾਅਦ ਚ ਮੈਨੂੰ ਹਾਸਾ ਵੀ ਬੜਾ ਆਇਆ। ਮੈਂ ਕਿਹਾ ਤੇ ਬਹੁਤ ਦੁਖੀ ਹੋਇਆ ਪਿਆ, ਲੇਕਿਨ ਨਾ ਮਜ਼ਾਕ ਕਰਦਾ ਫਿਰ ਹੱਸਣ ਲੱਗ ਪੈਂਦਾ, ਫਿਰ ਜਦੋਂ ਮੈਂ ਮੂੰਹ ਬਣਾ ਲੈਂਦੀ ਹਾਂ ਤੇ ਫਿਰ ਹੱਸਣ ਲੱਗ ਪੈਂਦਾ, ਫਿਰ ਕਹਿੰਦਾ ਮੈਂ ਤੇ ਮਜ਼ਾਕ ਕਰਦਾ ਸੀ ਬੇਬੋ, ਸੱਚੀ ਮਜ਼ਾਕ ਕਰਦਾ ਸੀ, ਨਾ ਕਰ ਚੱਲ ਹੱਸ ਕੇ ਵਿਖਾ, ਚੱਲ ਹੱਸ ਕੇ ਵਿਖਾ, ਫਿਰ ਇੱਦਾਂ ਹੋ ਜਾਂਦਾ। ਹਾਂ ਅੱਛਾ ਫੈਸਲ ਭੱਟ ਕਹਿੰਦੇ ਨੇ ਕੈਸੇ ਹੋ ਫਰੈਂਡ, ਠੀਕ। ਅਲੀ ਰਾਜਪੂਤ ਕਹਿੰਦੇ ਨੇ ਬਲੈਕ ਗਲਾਸਿਸ ਆਪਕੋ ਬਹੁਤ ਪਿਆਰੀ ਲੱਗਦੀ ਆ, ਉਹ ਐਸੇ ਲਈ ਨਾ। ਤਨਵੀਰ ਆਜ਼ਮ ਨੇ ਤੇ ਸਫੀਰ ਕਹਿੰਦੇ ਨੇ ਮੁਗਲ, ਤੇ ਸੰਦਸ ਕਹਿੰਦੇ ਨੇ ਸੰਦਸ ਵਾਲੇ ਕਾਸੇ ਵਿੱਚ, ਤੇ ਐ ਕੋਨ ਜ਼ਿਆਦੀ ਕਹਿੰਦੇ ਨੇ ਜਾਨੀ ਹੋਏ, ਕੈਸੇ ਕਹਿੰਦੇ ਨੇ ਆਪ ਨੇ ਮੇਰਾ ਕਮੈਂਟ ਕਿਉਂ ਬਣਾ, ਕੈਸਰ ਵੜਾਈ ਚ ਪੜ ਲਿਆ ਜਨਾਬ। ਸ਼ਾਨੀ ਕਹਿੰਦੇ ਨੇ ਓਕੇ ਆਈ ਐਮ ਸਲੀਪਿੰਗ, ਓਕੇ ਸ਼ਾਨੀ ਬਟ ਸਲਿਪ ਹੋ ਜਾ, ਤੇ ਉਮੇਰ ਚੱਟ ਕਹਿੰਦੇ ਨੇ ਮੈਸੇਜ ਕਾ ਜਵਾਬ ਤੇ ਦੇ ਦੋ, ਉਮਰ ਕਹਿੰਦੇ ਨੇ ਵੈਰੀ ਫਨੀ, ਸ਼ਾਨੀ ਬਟ ਕਹਿੰਦੇ ਨੇ ਗੁੱਡ ਨਾਈਟ, ਓਕੇ ਸ਼ਾਨੀ ਬਟ। ਮਨਜ਼ੂਰ ਕਹਿੰਦੇ ਨੇ ਅੱਛਾ ਜੀ ਆਪ ਪੰਜਾਬੀ ਸੁਣਾਓ, ਕਾਰੀ ਕਹਿੰਦੇ ਨੇ ਵਾਜੀ ਵਾਹ, ਕਾਰੀ ਸਲਵੀ ਕੈਸਰ ਸਲਵੀ ਓਕੇ। ਮੁਹੰਮਦ ਸਵਿਆਰ ਕਹਿੰਦੇ ਨੇ ਕੋਈ ਮੂਵੀ ਦੇ ਬਾਰੇ ਵਿੱਚ ਉਹ ਲਿੰਕ, ਨਹੀਂ ਨਹੀਂ ਮੂਵੀ ਬਾਰੇ ਨਹੀਂ ਆ, ਮੇਰਾ ਖਿਆਲ ਹੈ ਉਹਨਾਂ ਨੇ ਕੋਈ ਮੂਵੀ ਬਣਾਈ ਹੈ ਜਿਹੜਾ ਮੂਵੀ ਬਾਰੇ ਲਿੰਕ ਆ, ਚਲੋ ਦੇਖਣਾ ਕਾਹਦੇ ਬਾਰੇ ਆ। ਅਬੂ ਬਕਰ ਕਹਿੰਦੇ ਨੇ ਅਸੀਂ ਵੀ ਕਹਿ ਲੈਂਦੇ ਹਾਂ ਕਿ ਆਪਕੋ ਅੱਲਾ ਬੁਰੀ ਨਜ਼ਰ ਸੇ ਮਹਿਫੂਜ਼ ਰੱਖੇ, ਥੈਂਕ ਯੂ ਵੈਰੀ ਮਚ ਅਬੂ ਬਕਰ ਸਦੀਕੀ। ਤੇ ਸ਼ਾਨੀ ਭੱਟ ਕਹਿੰਦੇ ਨੇ ਫਿਰ ਬਾਤ ਹੋ ਗਈ, ਓਕੇ ਜੀ ਫਿਰ ਗੱਲ ਹੋਏਗੀ ਇਨਸ਼ਾਲਾ। ਅਲੀ ਗੁੰਮਨ ਕਹਿੰਦੇ ਨੇ ਵਾਹ ਵਾਹ, ਅਖਤਰ ਕਹਿੰਦੇ ਨੇ ਹੈਲੋ, ਰਾਣਾ ਇਸਮਾਇਲ ਕਹਿੰਦੇ ਨੇ ਹਾਓ ਬੈਟਰੀ ਹੈਲੋ, ਤੇ ਐ ਕੋਨੇ ਸ਼ਾਨੀ ਭੱਟ ਕਹਿੰਦੇ ਨੇ ਮਿਸ ਯੂ ਮਿਸ ਯੂ ਮਿਸ ਯੂ ਟੂ, ਸਾਜਿਦ ਕਹਿੰਦੇ ਨੇ ਸਲਾਮ, ਤੇ ਮੁਹੰਮਦ ਕਹਿੰਦੇ ਨੇ ਹੈਲੋ, ਜ਼ਫਰ ਕਹਿੰਦੇ ਨੇ ਬਿਊਟੀਫੁਲ ਲਵ, ਅਲੀ ਕਹਿੰਦੇ ਨੇ ਯੂ ਫਰੋਮ ਮੈਂ ਦੁਬਈ ਤੋਂ, ਅਲੀ ਰਾਜਾ ਕਹਿੰਦੇ ਨੇ ਕਮਾਲ ਦੀ ਆਵਾਜ਼ ਹੈ, ਰਾਣਾ ਕਹਿੰਦੇ ਨੇ ਬਿਊਟੀਫੁਲ, ਤੇ ਯਹਾਂ ਚੀਨੀ ਖਾਣੇ ਨਹੀਂ ਖੁਦ ਬਣਾਉਣਾ ਪੜਤਾ ਹੈ। ਹਾਂ ਨਹੀਂ ਹਾਂ ਖਾਣਾ ਖੁਦ ਬਣਾਉਣਾ ਪੈਂਦਾ ਨਾ, ਇਸੇ ਕਰਕੇ ਮੈਂ ਵੀ ਆਪ ਬਣਾਉਣੀ। ਪਰ ਪਤਾ ਕੀ ਆ, ਇੱਕ ਵਧੀਆ ਗੱਲ, ਮੈਂ ਮੈਸ ਵਾਲਾ ਇੱਕ ਬੰਦਾ ਲੱਭਿਆ, ਉਹ ਪਾਕਿਸਤਾਨੀ ਖਾਣੇ ਬਣਾਉਂਦਾ, ਉਹਦਾ ਟੇਸਟ ਵੀ ਬਿਲਕੁਲ ਪਾਕਿਸਤਾਨੀ, ਲੇਕਿਨ ਉਹ ਜਿਹੜੀ ਨਾਲ ਰੋਟੀ ਦਿੰਦੇ ਆ ਉਹ ਖਬੀਸ ਹੀ ਆ, ਖਬੀਸ ਰੋਟੀ ਪਠਾਨ ਦੀ ਨਹੀਂ ਖਬੀਸ, ਹਾਂ ਉਹ ਉੱਦਾਂ ਦੀ ਆ, ਅਜੀਬ ਜੀ ਆ। ਤੇ ਖੈਰ ਜਨਾਬ ਇਸ ਕਰਕੇ ਨਾ ਬੜੀ ਟੈਨਸ਼ਨ ਆ, ਉਹ ਰੋਟੀ ਮੇਰੇ ਕੋਲ ਨਹੀਂ ਖਾਧੀ ਜਾਂਦੀ, ਮੈਂ ਪਰਾਂਠਾ ਖਾਣ ਵਾਲੀ ਬੰਦੀ ਆ, ਫਿਰ ਮੈਨੂੰ ਸਵੇਰੇ ਉੱਠ ਕੇ ਪਰਾਂਠਾ ਬਣਾਉਣਾ ਪੈਂਦਾ, ਹੁਣ ਰਾਤ ਨੂੰ ਆ ਗਿਆ, ਹੁਣ ਮੈਂ ਆ ਗਈ ਹਾਂ, ਤੇ ਆਹ ਮੈਂ ਪ੍ਰੋਗਰਾਮ ਕਰਕੇ ਹੁਣੀ ਮੈਂ ਹਾਂਡੀ ਰੋਟੀ ਦੇ ਦੁਆਲੇ ਹੋ ਜਾਣਾ ਕਿਚਨ 'ਚ ਜਾ ਕੇ, ਤੇ ਪਰਾਂਠਾ ਬਣਨਾ ਉਹ ਮੈਂ ਖਾਣਾ, ਨਹੀਂ ਤੇ ਮੇਰੇ ਕੋਲ ਖਾਧਾ ਨਹੀਂ ਜਾਂਦਾ, ਮੈਂ ਕੀ ਕਰਾਂ। ਤੇ ਬੰਦੂ ਕਹਿੰਦੇ ਨੇ ਅੱਲਾ ਹਾਫਿਜ਼, ਓਕੇ ਹੁਣ ਮੈਂ ਵੀ ਅੱਲਾ ਹਾਫਿਜ਼ ਕਰਾਂ, ਕਿਉਂਕਿ ਅੱਛਾ ਸਾਰੇ ਜਣੇ ਜਬ ਵੀ ਸ਼ਾਦੀ ਕਾ ਨਾਮ ਲੋ ਘਰ ਵਾਲੇ ਕਹਤੇ ਹੈ ਅਭੀ ਤੁਮ ਬੱਚੇ ਹੋ ਜ਼ਮਾਨ ਸਾਕੀ, ਜ਼ਮਾਨ ਸਾਕੀ, ਹਰਕਤਾਂ ਇੱਦਾਂ ਦੀਆਂ ਕਰੀ ਦੀਆਂ ਕਿ ਘਰ ਵਾਲਿਆਂ ਨੂੰ ਪਤਾ ਲੱਗ ਜੇ। ਆਹੋ ਦੀਪ ਜੋਬ ਕਹਿੰਦੇ ਨੇ ਮਾਰੀਆਂ ਲਾਈਨਸ
ਕਿੱਦਾਂ ਸਨ ਬਟ ਐਜ ਓਨਲੀ ਫਰੈਂਡ। ਇਹ ਕੀ ਲਿਖਿਆ, ਇਹ ਕੀ ਲਿਖਿਆ? ਤੇ ਜ਼ਾਰਾ ਚੀਮਾ ਕਹਿੰਦੇ ਨੇ ਜੱਟੀ, ਤੇ ਅਲ ਕਹਿੰਦੇ ਨੇ ਆਪ ਕੇ ਸਿਟੀ ਕਿਆ ਹੈ, ਲਾਹੌਰ ਲਾਹੌਰ ਤੋਂ ਆ ਮੈਂ। ਤੇ ਚਲੋ ਖੈਰ ਜਨਾਬ, ਸਾਰੇ ਇੱਕ ਵਾਰੀ ਸ਼ੇਅਰ ਦਾ ਬਟਨ ਨੱਪ ਦਿਓ। ਹਾਂ ਸ਼ੀਸ਼ੇ ਬੜੇ ਲਗਾ ਰੱਖੇ ਹੈ, ਆਹੋ ਆ ਸ਼ੀਸ਼ੇ ਵੱਡੇ ਹੀ ਲਾਇਆ। ਉਸਮਾਨ ਕਹਿੰਦੇ ਨੇ ਹੋਰ ਮੇਰੀ ਜਾਨ, ਵਧੀਆ ਤੇਰੀ ਜਾਨ। ਇਮਰਾਨ ਕਹਿੰਦੇ ਨੇ ਅਸਲਾਮ ਵਾਲੇਕੁਮ। ਜ਼ਾਰਾ ਕਹਿੰਦੇ ਨੇ ਖਮੀਰੀ ਰੋਟੀ, ਨਹੀਂ ਖਮੀਰੀ ਰੋਟੀ ਨਹੀਂ ਹੈ, ਉਹ ਅਜੀਬ ਜਿਹੀ ਰੋਟੀ ਹੈ ਯਾਰ, ਖਬੀਜ਼ ਕਹਿੰਦੇ ਆ ਉਹਨੂੰ। ਹਾਂ ਸਾਡੀ ਖਮੀਰੀ ਰੋਟੀ ਤਾਂ ਬਹੁਤ ਵਧੀਆ ਹੁੰਦੀ ਹੈ, ਉਹਨੂੰ ਘਿਓ ਘਿਓ ਲਾ ਲਓ ਤੇ ਫਿੱਟ ਹੋ ਜਾਂਦੀ। ਉੱਥੇ ਮੈਂ ਖਮੀਰੀ ਰੋਟੀ ਲਾਹੌਰ ਮੰਗਵਾਉਂਦੀ ਸਾਂ, ਉਹਨੂੰ ਮੈਂ ਘਿਓ ਤੇ ਥੋੜ੍ਹਾ ਜਿਹਾ ਪਾਣੀ ਲਾ ਕੇ ਤਲ ਕੇ ਫਿਰ ਖਾਂਦੀ ਹੁੰਦੀ ਸੀ, ਇੱਥੇ ਉਹ ਖਬੀਜ਼ ਨਹੀਂ ਖਾਧੀ ਜਾਂਦੀ। ਹਾਂ ਖੈਰ ਜਨਾਬ ਛੱਡੋ, ਹੁਣ ਤਾਂ ਪਰਾਂਠਾ ਖਾਈਏ ਤੇ ਫਿਰ ਮੈਂ ਇਹਨਾਂ ਵਾਸਤੇ ਲਵਾ ਕੇ ਚੱਲੀ ਹਾਂ ਕਿ ਪਿੱਛੋਂ ਕੀ ਕਰਨਗੇ ਜਦੋਂ ਤੱਕ ਮੇਰਾ ਦੁਬਾਰਾ ਵੀਜ਼ਾ ਲੱਗਣਾ, ਤੇ ਫਿਰ ਦੇਖ ਲਾਂਗੇ ਕੀ ਕਰਨਾ ਹੈ। ਪਿਆਰ ਵਿੱਚ ਦਿੱਤਾ ਹੋਇਆ ਟੈਡੀ ਲੱਗਣਾ, ਮੈਨੂੰ ਲੱਗਦਾ ਹੈ ਤੂੰ ਨਾ ਰੈਡੀ ਲੱਗਣਾ, ਆਖੜੀ ਪਈ ਆ ਤੈਨੂੰ ਬੰਦਾ ਬਣ ਜਾ। ਤੇ ਮੇਰੇ ਹੋਣ ਵਾਲੇ ਬੱਚਿਆਂ ਦਾ ਪਤਾ ਨੀ ਕੀ। ਖੈਰ ਜਨਾਬ ਛੱਡੋ ਪਰੇ, ਗਾਣੇ ਤਾਂ ਹੁਣ ਆਉਂਦੇ ਹੀ ਨਹੀਂ ਤੇ ਨਾ ਗਾਣੇ ਗਾਏ ਜਾਂਦੇ, ਇਹ ਜ਼ਿਆਦਾ ਬਿਹਤਰ ਹੁੰਦਾ ਕਿ ਮੈਂ ਤੁਹਾਡੇ ਮੈਸੇਜ ਪੜ੍ਹ ਲਿਆ ਕਰਾਂ। ਠੀਕ ਹੈ ਸ਼ਾਨੀ, ਬਟ ਕਹਿੰਦੇ ਨੇ ਰਿਜ਼ਕ ਕੋ ਐਸੇ ਨਹੀਂ ਕਹਿਣਾ ਚਾਹੀਏ। ਨਹੀਂ ਯਾਰ ਰਿਜ਼ਕ ਦੇਖੋ, ਅੱਲਾਹ ਤਾਲਾ ਨੇ ਚੰਗੀ ਭਲੀ ਕਣਕ ਬਣਾਈ ਆ, ਉਹਦੀ ਰੋਟੀ ਬਣਦੀ ਆ। ਇਹ ਉਹਨੂੰ ਖਬੀਸ ਕਹਿੰਦੇ ਆ, ਉਹ ਖਬੂਸ ਖਬੂਸ ਕਹਿੰਦੇ ਆ। ਹਾਂ ਤੇ ਰਿਜ਼ਕ ਦੀ ਗੱਲ ਨਹੀਂ ਹੋ ਰਹੀ, ਮੈਂ ਉਹਨੂੰ ਤੇਰੇ ਵਗਰੇ ਮੌਲਵੀ, ਤੂੰ ਪਤਾ ਨੀ ਕਿੱਥੋਂ ਏਦਾਂ ਦੀਆਂ ਗੱਲਾਂ ਕੱਢ ਲਿਆ, ਹਰ ਗੱਲ ਤੇ ਸੀਰੀਅਸ ਨਹੀਂ ਹੋ ਜਾਈਦਾ। ਹਾਂ ਸ਼ੇਅਰ ਵਾਲੀ ਵਾਰਨਿੰਗ, ਚਲੋ ਵਾਰਨਿੰਗ, ਹਾਂ ਸ਼ੇਅਰ ਸ਼ੇਅਰ ਕਰੋ ਸਾਰੂ, ਇਹਨੂੰ ਆਖੋ ਰਾਤ ਨੂੰ ਲੇਟ ਕਰ ਲਿਆ ਕਰੇ, ਫਿਰ ਹੋ ਜਾਓ। ਹਾਂ ਲੇਟ ਪ੍ਰੋਗਰਾਮ ਹੁਣ ਹੋਇਆ ਕਰੇਗਾ, ਜਦੋਂ ਵੀ ਮੈਂ ਆਈ ਹੁਣ ਮੈਂ ਕੋਸ਼ਿਸ਼ ਕਰਨੀ, ਅੱਜ ਅਸੀਂ ਜਲਦੀ ਆਉਣ ਦੀ ਕੋਸ਼ਿਸ਼ ਕੀਤੀ, ਛੇਤੀ ਛੇਤੀ ਕੰਮ ਨਿਬੇੜਿਆ ਇਹਦੇ ਨਾਲ ਲੱਗ ਕੇ। ਹਾਂ ਤੇ ਉਹ ਫਿਰ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਨਾ, ਤੇ ਮੈਂ ਕੱਲ੍ਹ ਕੋਸ਼ਿਸ਼ ਕਰਨੀ ਹੈ ਕਿ ਅਸੀਂ ਜ਼ਿਆਦਾ ਛੇਤੀ ਆ ਜਾਈਏ ਤੇ 8-7 ਵਜੇ ਘਰ ਪਹੁੰਚ ਜਾਈਏ, ਤਾਂ ਕਿ ਮੈਂ 9 ਵਜੇ ਪੂਰੇ ਜਾਂ 8 ਵਜੇ ਪ੍ਰੋਗਰਾਮ ਕਰ ਲਿਆ ਕਰਾਂ। ਠੀਕ ਹੈ ਕੱਲ੍ਹ ਇਨਸ਼ਾਅੱਲਾ ਪੰਜਾਬੀ ਲਵਰ ਤੋਂ ਆਵਾਂਗੀ ਮੈਂ, ਠੀਕ ਹੈ? ਕੱਲ੍ਹ ਪੰਜਾਬੀ ਲਵਰ ਤੋਂ ਮੁਲਾਕਾਤ ਹੋਏਗੀ ਤੇ ਪੰਜਾਬੀ ਲਵਰ ਤੇ ਸਾਰੇ ਆ ਜਾਣਾ ਟੈਮੋ ਟੈਮ, ਮੈਂ ਨੋਟੀਫਿਕੇਸ਼ਨ ਪਾ ਦਿਆਂਗੀ ਕਿ ਮੈਂ ਕਿੰਨੇ ਵਜੇ ਔਨਲਾਈਨ ਹੋਣਾ, ਠੀਕ ਹੈ? ਤੇ ਸਾਰੇ ਫਿਰ ਆ ਜਾਣਾ ਤੇ ਉਹਨੂੰ ਸ਼ੇਅਰ ਕਰ ਦੇਣਾ, ਪੰਜਾਬੀ ਲਵਰ ਤੇ ਆ ਕੇ ਉਹਨੂੰ ਸ਼ੇਅਰ ਫੋਲੋ ਦਾ ਬਟਨ ਉਹਦਾ ਜ਼ਰੂਰ ਨਾਪ ਲੈਣਾ। ਹਾਂ ਤੁਹਾਨੂੰ ਨੋਟੀਫਿਕੇਸ਼ਨ ਕਿਉਂ ਨਹੀਂ ਜਾਂਦੇ ਪੰਜਾਬੀ ਸਾਹਿਬ, ਪਤਾ ਕਰ ਲਓ ਬੱਚਿਆਂ ਨੂੰ ਨੋਟੀਫਿਕੇਸ਼ਨ ਕਿਉਂ ਨਹੀਂ ਜਾਂਦੇ। ਚਲੋ ਜੀ ਹੁਣ ਨੈਨਾ ਸਨਾਨ ਨੂੰ ਇਜਾਜ਼ਤ ਦਿਓ, ਨੈਨਾ ਸਨਾਨਾ ਦੀ ਹੋ ਗਿਆ ਕਿਚਨ ਦਾ ਟਾਈਮ, ਨੈਨਾ ਰੋਟੀਆਂ ਪਕਾਉਣ ਚੱਲੀ ਆ। ਠੀਕ ਆ ਫੁੱਲ ਪੰਜਾਬੀ ਪ੍ਰੋਗਰਾਮ ਆ, ਤੇ ਲਓ ਜੀ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਤੇ ਦੁਆ ਕਰਨਾ ਜਿਹੜੀ ਮੈਂ ਤੁਹਾਨੂੰ ਦੱਸੀ ਆ ਕਿ ਜਿਹੜੀ ਮੇਰੀ ਨੌਕਰੀ ਲੱਗੀ ਆ, ਅੱਲਾ ਕਰੇ ਕਿ ਮਤਲਬ ਮੈਂ ਇੱਥੇ ਸੈਟਲ ਹੋ ਜਾ। ਹਾਂ ਜੀ ਮੇਰੇ ਹੱਕ 'ਚ ਬਿਹਤਰ ਆ ਦੇ, ਠੀਕ ਆ, ਤੇ ਅੱਲਾ ਤਾਲਾ ਬਿਹਤਰ ਕਰਨ ਵਾਲਾ, ਉਹਦੇ ਕੋਲੋਂ ਜਿਹੜੀ ਮਤਲਬ ਚੰਗੀ ਚੰਗੀ ਦੁਆ ਕਰੋ, ਉਸ ਕਹਿੰਦਾ ਵੀ ਚੰਗੀਆਂ ਚੰਗੀਆਂ ਸੋਚੋ ਮੈਂ ਚੰਗੀ ਚੰਗੀ ਕਰੂੰਗਾ, ਜੇ ਤੁਸੀਂ ਬੁਰਾ ਬੁਰਾ ਸੋਚੋਗੇ ਤਾਂ ਮੈਂ ਬੁਰਾ ਬੁਰਾ ਕਰੂੰਗਾ, ਤੇ ਇਸ ਕਰਕੇ ਮੈਂ ਚਾਹੁੰਦੀ ਹਾਂ ਤੁਸੀਂ ਮੇਰੇ ਬਾਰੇ ਚੰਗਾ ਚੰਗਾ ਸੋਚੋ ਕਿ ਮੈਂ ਆਪਣੇ ਬੰਦੇ ਦੇ ਨਾਲ ਉੱਥੇ ਸੈਟਲ ਹੋ ਜਾ। ਹਾਂ ਤੇ ਜਾ ਕੇ ਤੇ ਮੈਂ 2-4 ਦਿਨਾਂ ਨੂੰ ਮੋੜ ਆਵਾਂ, ਤੇ ਚਲੋ ਜ਼ਿਆਦਾ ਜ਼ਿਆਦਾ ਹਫ਼ਤਾ, ਠੀਕ ਆ, ਹਾਂ ਹਫ਼ਤੇ ਬਾਅਦ ਆ ਜਾਵਾਂ। ਠੀਕ ਹੈ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ, ਇਨਸ਼ਾਅੱਲਾ ਤੁਹਾਡੀਆਂ ਦੁਆਵਾਂ ਜ਼ਰੂਰ ਪੂਰੀਆਂ ਹੋਣਗੀਆਂ, ਤੇ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਦੁਆਵਾਂ, ਹਰ ਬੰਦੇ ਦੀ ਮੁਸ਼ਕਿਲ ਪ੍ਰੋਬਲਮ ਆਸਾਨ ਹੋਵੇ ਤੇ ਅੱਲਾ ਤਾਲਾ ਨੂੰ ਸਿਹਤ ਤੰਦਰੁਸਤੀ ਤਾ ਫਰਮਾਵੇ, ਸਿਹਤ ਬਹੁਤ ਵੱਡੀ ਨਿਮਤ ਆ। ਠੀਕ ਆ ਹੁਣ ਮੈਨੂੰ ਇਜਾਜ਼ਤ ਦਿਓ, ਆਪਣੀ ਦੁਆਵਾਂ 'ਚ ਯਾਦ ਰੱਖਣਾ, ਰੱਬ ਰਾਖਾ।